ਦੋਸਤੋ ਸਤਿ ਸ਼੍ਰੀ ਅਕਾਲ ਮੈਂ ਸਤਵਿੰਦਰ ਸਿੰਘ ਹਜ਼ਾਰਾਂ ਲੈ ਕੇ ਪ੍ਰੋਗਰਾਮ ਰੂਬਰੂ ਅੱਜ ਦੇ ਰੂਬਰੂ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਖਾਸ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਾ ਰਹੇ ਹਾਂ ਜਿਹਨੂੰ ਇਕੱਲੇ ਕੈਲਗਰੀ ਦੇ ਵਿੱਚ ਜਾਂ ਇਕੱਲੇ ਅਲਬਰਟਾ ਦੇ ਵਿੱਚ ਜਾਂ ਇਕੱਲੇ ਕੈਨੇਡਾ ਦੇ ਵਿੱਚ ਨਹੀਂ ਪੂਰੇ ਕਹਿ ਲਓ ਕਿ ਜਿੱਥੇ ਜਿੱਥੇ ਵੀ ਪੰਜਾਬੀ ਵੱਸਦੇ ਨੇ ਖਾਸ ਕਰਕੇ ਉਹਨਾਂ ਦੀ ਜਿਹੜੀ ਹੈ ਪਹਿਚਾਣ ਇੱਕ ਪਗੜੀਧਾਰੀ ਜਿਹੜੇ ਹੈ ਮਿਨਿਸਟਰ ਹੈ ਕਾਫੀ ਲੰਬੇ ਸਮੇਂ ਤੋਂ ਹੈ ਤਾਂ ਉਹਨਾਂ ਦੀ ਇੱਕ ਪਹਿਚਾਣ ਆਪਣੀ ਕਮਿਊਨਿਟੀ ਦੇ ਵਿੱਚ ਔਰ ਸਾਰੇ ਕੈਨੇਡਾ ਦੇ ਵਿੱਚ ਵੀ ਜਿਹੜੇ ਹੈ ਦੂਸਰੇ ਜਿਹੜੇ ਗੋਰੇ ਕਮਿਊਨਿਟੀ ਦੇ ਲੋਕ ਹੈ ਉਹਨਾਂ ਦੇ ਵਿੱਚ ਇੱਕ ਖਾਸ ਪਹਿਚਾਣ ਰੱਖਦੇ ਨੇ ਆਪਣੇ ਸੁਭਾਅ ਕਰਕੇ ਆਪਣੇ ਕੰਮਾਂ ਕਰਕੇ ਉਹਨਾਂ ਦੇ ਨਾਲ ਅੱਜ ਤੁਹਾਡੀ ਅਸੀਂ ਮੁਲਾਕਾਤ ਕਰਵਾਵਾਂਗੇ ਮੇਰੀ ਮੁਰਾਦ ਹੈ ਮਨਮੀਤ ਸਿੰਘ ਭਲੋਰਾ ਕੋਲੋਂ ਜਿਹੜੇ ਕਿ ਅਲਬਰਟਾ ਦੇ ਮਿਨਿਸਟਰ ਹਨ ਔਰ ਕਾਫੀ ਐਕਟਿਵ ਰਹਿੰਦੇ ਨੇ ਆਪਣੀ ਸਿਆਸਤ ਨੂੰ ਵੀ ਲੈ ਕੇ ਔਰ ਆਪਣੇ ਜਿਹੜੇ ਸੋਸ਼ਲ ਇਸ਼ੂਸ ਨੇ ਉਹਨਾਂ ਨੂੰ ਵੀ ਲੈ ਕੇ ਅਤੇ ਆਓ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਇਸ ਪ੍ਰੋਗਰਾਮ ਸਤਿ ਮਨਮੀਤ ਸਿੰਘ ਭੁੱਲਰ ਸੀ ਤੁਹਾਡਾ ਪਾਪਾ ਸਵਾਗਤ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭੁੱਲਰ ਸਾਹਿਬ ਜਿਵੇਂ ਆਪਣੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਸ਼ਖਸੀਅਤਾਂ ਨੂੰ ਲੈ ਕੇ ਆਉਂਦੇ ਹਾਂ ਜਿਨ੍ਹਾਂ ਨੇ ਆਪਣੇ ਕੰਮਾਂ ਦੇ ਕਰਕੇ ਜਾਂ ਆਪਣੀ ਸਰਵਿਸਿਜ਼ ਦੇ ਕਰਕੇ ਜਿਹੜਾ ਹੈਗਾ ਆਪਣਾ ਨਾਮ ਬਣਾਇਆ ਹੁੰਦਾ ਆਪਣੀ ਕਮਿਊਨਿਟੀ ਦੇ ਵਿੱਚ ਜਿਹੜਾ ਨਾਮ ਬਣਾਇਆ ਹੁੰਦਾ ਹੈ ਅਤੇ ਲੋਕ ਬੜੇ ਇੰਟਰਸਟਡ ਰਹਿੰਦੇ ਨੇ ਕਿ ਜਿਨ੍ਹਾਂ ਦੇ ਨਾਲ ਵੀ ਅਸੀਂ ਮੁਲਾਕਾਤ ਕਰਵਾਉਂਦੇ ਹਾਂ ਵੀ ਉਹਨਾਂ ਦੇ ਬਾਰੇ ਜਾਣਨ ਨਾਲ ਬੜੀ ਉਤਸੁਕਤਾ ਹੁੰਦੀ ਉਹਨਾਂ ਨੂੰ ਐਜ ਏ ਤੁਹਾਨੂੰ ਪ੍ਰੋਫੈਸ਼ਨਲ ਐਜ ਏ ਮਿਨਿਸਟਰ ਤਾਂ ਤੁਹਾਨੂੰ ਸਾਰੇ ਜਾਣਦੇ ਹਨ ਪਰ ਬਹੁਤੀਆਂ ਗੱਲਾਂ ਕਈ ਵਾਰੀ ਖੁੱਲ੍ਹ ਕੇ ਹੁੰਦੀਆਂ ਨੇ ਅਤੇ ਇਸ ਮੁਲਾਕਾਤ ਦਾ ਸਾਡਾ ਇਹੋ ਮਕਸਦ ਹੈ ਕਿ ਅਸੀਂ ਤੁਹਾਡੇ ਜਿਹੜੀ ਹੈ ਲਾਈਫ ਨੂੰ ਵੀ ਥੋੜ੍ਹੀ ਖਰੋਦੀਏ ਵੀ ਕਿੱਥੋਂ ਮਨਮੀਤ ਸਿੰਘ ਭੁੱਲਰਾਂ ਦਾ ਜੀਵਨ ਸ਼ੁਰੂ ਹੋਇਆ ਠੀਕ ਅਤੇ ਜੇ ਆਪਾਂ ਬਚਪਨ ਤੋਂ ਸਟਾਰਟ ਕਰੀਏ ਤਾਂ ਜ਼ਿਆਦਾ ਵਧੀਆ ਰਹੇਗਾ ਕਿ ਕਿਸ ਤਰ੍ਹਾਂ ਦੇ ਆਪਣੇ ਬਚਪਨ ਬਾਰੇ ਥੋੜ੍ਹੀ ਸਾਂਝ ਸਾਡੇ ਦਰਸ਼ਕਾਂ ਦੇ ਨਾਲ ਕਰੋ ਮੈਂ ਐਕਚੁਅਲੀ ਕੈਲਗਰੀ ਸ਼ਹਿਰ ਦੇ ਵਿੱਚ ਹੀ ਪਰਿਵਾਰ ਸਾਡਾ ਸੈਟਲ ਸੀ ਮਦਰ ਫਾਦਰ ਮੇਰੇ ਖਿਆਲ ਕੁਛ 1976 ਦੇ ਵਿੱਚ ਕੈਲਗਰੀ ਆਏ ਆ ਐਂਡ ਸੋ ਮੇਰਾ ਜਨਮ ਤਾਂ ਇੱਥੇ ਕੈਲਗਰੀ 'ਚ ਹੋਇਆ ਮੇਰੇ ਤੋਂ ਵੱਡੀ ਭੈਣ ਤਰਜਿੰਦਰ ਉਹਦਾ 1977 ਦੇ ਵਿੱਚ ਇੱਥੇ ਕੈਲਗਰੀ ਜਨਮ ਹੋਇਆ ਅਤੇ ਮੇਰਾ 1980 ਦੇ ਵਿੱਚ ਇੱਥੇ ਕੈਲਗਰੀ ਅਤੇ ਛੋਟੇ ਭਰਾ ਨੇ 1983 'ਚ ਉਹਦਾ ਜਨਮ ਇੱਥੇ ਹੋਇਆ ਇਹਦਾ ਮਤਲਬ ਪੂਰਾ ਪਰਿਵਾਰ ਹੀ ਤੁਹਾਡਾ ਪਿਓਰ ਕੈਲਗੇਰੀਅਨ ਔਰ ਪਿਓਰ ਕੈਨੇਡੀਅਨ ਪੱਕੇ ਕੈਲਗੇਰੀਅਨ ਐਬਸੋਲੂਟਲੀ ਯਾ ਅਸੀਂ ਜਦੋਂ ਤੁਹਾਡਾ ਜਨਮ ਹੀ ਇੱਕ ਦੇਸ਼ ਵਿੱਚ ਹੁੰਦਾ ਅਤੇ ਪ੍ਰੇਮ ਤਾਂ ਬਹੁਤ ਫਿਰ ਬਣਿਆ ਰਹਿੰਦਾ ਬਟ ਅਸੀਂ ਯੂਨੋ ਕੈਲਗਰੀ ਦੇ ਵਿੱਚ ਉਸ ਵੇਲੇ ਬਹੁਤ ਹੀ ਛੋਟੀ ਕਮਿਊਨਿਟੀ ਸੀ ਬਹੁਤ ਹੀ ਥੋੜ੍ਹੇ ਜਾਣੇ ਸੀ ਐਂਡ ਸੋ ਬਚਪਨ ਤੋਂ ਬਹੁਤ ਛੋਟੀ ਉਮਰ 'ਚੋਂ ਅਸੀਂ ਦੇਖਿਆ ਵੀ ਕੈਲਗਰੀ ਦੇ ਕਮਿਊਨਿਟੀ ਦੇ ਵਿੱਚ ਸਾਡੇ ਫਾਦਰ ਸਾਹਿਬ ਨੇ ਕਾਫੀ ਇਨਵੋਲਵਮੈਂਟ ਰੱਖੀ ਸ਼ੁਰੂ ਤੋਂ ਠੀਕ ਹੈ 70s ਦੇ ਵਿੱਚ 80s ਦੇ ਵਿੱਚ ਜਦੋਂ ਬਹੁਤ ਥੋੜ੍ਹੇ ਜਾਣੇ ਸੀ ਉਦੋਂ ਡੈਡੀ ਹੋਣੀ ਤਕਰੀਬਨ ਰੋਜ਼ ਹੀ ਗੁਰਦੁਆਰਾ ਸਾਹਿਬ ਦੇ ਜਿਹੜੇ ਉਪਰਾਲੇ ਸੀ ਗੁਰਦੁਆਰਾ ਸਾਹਿਬ ਮਾਰਟਨ ਡਿਲ ਦਾ ਜਿਹੜਾ ਉਹਦੇ ਬਣਾਉਣ ਦੇ ਵਿੱਚ ਡੈਡੀ ਹੋਣੀ ਹਮੇਸ਼ਾ ਹੀ ਰੋਜ਼ ਹੀ ਕਹਿ ਲਓ ਇਨਵੋਲਵਮੈਂਟ ਰੱਖਦੇ ਸੀ ਸਿਰਫ ਡੈਡ ਨਹੀਂ ਸਾਰਾ ਪਰਿਵਾਰ ਹੀ ਅਸੀਂ ਵੀ ਖੁਦ ਯੂਨੋ ਮੇਰੇ ਖਿਆਲ 'ਚ ਹਰੇਕ ਦੂਜੇ ਤੀਜੇ ਦਿਨ ਇਫ ਨੋਟ ਈਵਨ ਮੋਰ ਅਸੀਂ ਗੁਰਦੁਆਰਾ ਸਾਹਿਬ ਹੀ ਹੋਈਦਾ ਸੀ ਈਵਨ ਜਦੋਂ ਗੁਰਦੁਆਰਾ ਸਾਹਿਬ ਮਾਰਟਨ ਵਾਲਾ ਮਾਰਟਨ ਡੇਲ ਵਾਲਾ ਬਣਦਾ ਸੀ ਦਸ਼ਮੇਸ਼ ਕਲਚਰ ਦਸ਼ਮੇਸ਼ ਕਲਚਰ ਸੈਂਟਰ ਹਾਂਜੀ ਸੋ ਉਸ ਵੇਲੇ ਬੰਦੇ ਥੋੜ੍ਹੇ ਸੀ ਕੋਈ ਵਿਰਲਾ ਵਿਰਲਾ ਪਰਿਵਾਰ ਸੀ ਜਿਹੜਾ ਗੁਰਦੁਆਰਾ ਸਾਹਿਬ ਦੇ ਨਾਲ ਨਹੀਂ ਸੀ ਜੁੜਿਆ ਮੋਸਟਲੀ ਤਾਂ ਜੁੜੇ ਸੀ ਮੋਸਟਲੀ ਜਿਹੜੇ ਬਾਹਲੇ ਧਾਰਮਿਕ ਵੀ ਨਹੀਂ ਪਰਿਵਾਰ ਜਿਨ੍ਹਾਂ ਨੇ ਪੱਗ ਨਹੀਂ ਬੰਨੀ ਜਾਂ ਅੰਮ੍ਰਿਤ ਨਹੀਂ ਛਕਿਆ ਉਹ ਵੀ ਉਸ ਵੇਲੇ ਉਹਨਾਂ ਨੇ ਵੀ ਆਪਣਾ ਏਜੰਡਾ ਬਣਾਇਆ ਸੀ ਵੀ ਗੁਰਦੁਆਰਾ ਸਾਹਿਬ ਆਪਾਂ ਖੜਾ ਕਰਨਾ ਖੜਾ ਕਰਨਾ ਹਾਂਜੀ ਸੋ ਡੈਡੀ ਹੋਣਾ ਦਾ ਮੈਨੂੰ ਹਾਲੇ ਯਾਦ ਆ ਕਈ ਦੱਸਦੇ ਆ ਵੀ ਡੈਡ ਹੁਣੀ ਫੋਨ ਕਰ ਦਿੰਦੇ ਸੀ ਕੁਛ ਬੰਦਿਆਂ ਨੂੰ ਵੀ ਯਾਰ ਉਦੋਂ ਪੈਸੇ ਵੀ ਬਹੁਤ ਥੋੜ੍ਹੇ ਸੀ ਗੁਰਦੁਆਰਾ ਸਾਹਿਬ ਕੋਲ ਕਮਿਊਨਿਟੀ ਕੋਲ ਕਮਿਊਨਿਟੀ ਘੱਟ ਸੀ ਤੇ ਨੈਚੁਰਲੀ ਪ੍ਰੋਪੋਰਸ਼ਨਲੀ ਅਮਾਉਂਟ ਵੀ ਘੱਟ ਸੀ ਸੋ ਜਦੋਂ ਗੁਰਦੁਆਰਾ ਸਾਹਿਬ ਬੰਦਾ ਸੀ ਕਈ ਵਾਰੀ ਇਹਨਾਂ ਨੇ ਫੋਨ ਕਰ ਦੇਣਾ ਵੀ ਯਾਰ ਆਹ ਫਲਾਨੀ ਪੇਮੈਂਟ ਜਾਣੀ ਆ ਅਤੇ ਸਾਡਾ ਕੰਮ ਥੋੜ੍ਹਾ ਟਾਈਟ ਆ ਅਤੇ ਕੁਛ ਬੰਦਿਆਂ ਨੇ ਫਿਰ ਭੱਜ ਨੱਟ ਕੇ ਲੋਕਾਂ ਕੋਲੋਂ ਫੜ ਫੁੜ ਕੇ ਤਾਂ ਕੰਮ ਚਲਾਉਣਾ ਸੋ ਬਹੁਤ ਹੀ ਔਖੇ ਟਾਈਮ ਸੀ ਕਮਿਊਨਿਟੀ ਲਈ ਪਰ ਉਦੋਂ ਜਿਹੜੇ ਮਿਹਨਤ ਲਾ ਕੇ ਕੰਮ ਕਰਦੇ ਸੀ ਉਹ ਦਿਲੋਂ ਕਰਦੇ ਸੀ ਤੇ ਕੁਛ ਰਿਟਰਨ ਨਹੀਂ ਸੀ ਮੰਗਦੇ ਉਹਨਾਂ ਦੀ ਬਸ ਇਹੀ ਇੱਛਾ ਸੀ ਵੀ ਕਮਿਊਨਿਟੀ ਪੈਦਾ ਕਰਨਾ ਇੱਕ ਜੇ ਆਪਾਂ ਗੱਲ ਕਰੀਏ ਕਿ ਸੇਵਾ ਭਾਵਨਾ ਸੀ ਔਰ ਇੱਕ ਆਪਣੀਆਂ ਜਿਵੇਂ ਕਹਿ ਲਓ ਕਿ ਪੌਦਾ ਲਗਾਉਣਾ
ਤੇ ਉਹਦੇ ਵਾਸਤੇ ਜ਼ਮੀਨ ਤਿਆਰ ਕਰਨੀ ਹੈ ਤੇ ਉਹ ਇੱਕ ਐਫਰਟਸ ਜਿਹੜੇ ਹੈ ਕਿਉਂਕਿ ਛਾਵੇਂ ਬਹਿਣ ਵਾਲੇ ਤਾਂ ਬੜੇ ਆ ਜਾਂਦੇ ਨੇ ਪਰ ਪੌਦਿਆਂ ਨੂੰ ਜਦੋਂ ਲਾਉਣਾ ਹੈ ਉਹਨੂੰ ਉਹਦੀ ਦੇਖਭਾਲ ਕਰਨੀ ਹੈ ਇੱਕ ਤਾਂ ਜੋ ਸਟਾਰਟਿੰਗ 'ਤੇ ਤੁਸੀਂ ਪਹਿਲੀ ਵਾਰੀ ਗੁਰਦੁਆਰਾ ਸਾਹਿਬ ਸ਼ੁਰੂ ਕੀਤਾ ਜੇ ਆਪਾਂ ਜਿਵੇਂ ਤੁਸੀਂ ਆਏ ਹੈਗੇ ਤੁਸੀਂ ਇੱਥੇ ਤੁਹਾਡਾ ਜਨਮ ਹੋਇਆ ਹੈਗਾ ਅਤੇ ਜੇ ਮੈਂ ਇਹ ਗੱਲ ਪੁੱਛਣਾ ਚਾਹਾਂਗਾ ਕਿਉਂਕਿ ਉਦੋਂ ਕਮਿਊਨਿਟੀ ਆਪਣੀ ਬਹੁਤ ਘੱਟ ਸੀ ਔਰ ਤੁਸੀਂ ਅੱਜ ਵੀ ਆਪਣੇ ਪੂਰੀ ਸਿੱਖੀ ਸਰੂਪ ਦੇ ਵਿੱਚ ਹੈਗੇ ਹੋ ਇਹ ਬੜੀ ਮਾਣ ਵਾਲੀ ਗੱਲ ਸਾਰੀ ਕਮਿਊਨਿਟੀ ਇਸ ਚੀਜ਼ 'ਤੇ ਤੁਹਾਡੀ ਮਾਣ ਕਰਦੀ ਹੈ ਜੋ ਬਚਪਨ ਦੇ ਵਿੱਚ ਤੁਸੀਂ ਆਪਣੇ ਇੱਥੇ ਜਿਵੇਂ ਕਹਿ ਲਓ ਗਲੀਆਂ ਦੇ ਵਿੱਚ ਘੁੰਮਦੇ ਸੀ ਸੜਕਾਂ 'ਤੇ ਘੁੰਮਦੇ ਸੀ ਉਦੋਂ ਤੁਹਾਨੂੰ ਇਹ 'ਚ ਬੀਏਂਗੇ ਸਿੱਖ ਜਾਂ ਮਤਲਬ ਕਿ ਤੁਸੀਂ ਜੂੜਾ ਕਰਕੇ ਜਾਂ ਪੜਕਾ ਬਣ ਕੇ ਘੁੰਮਦੇ ਹੋਵੋਗੇ ਤਾਂ ਕਦੇ ਕੋਈ ਉਹੋ ਜਿਹੀਆਂ ਕੋਈ ਚੈਲੇਂਜਸ ਆਏ ਤੁਹਾਨੂੰ ਸਾਹਮਣਾ ਕਰਨਾ ਪਿਆ ਉਹ ਤੋਂ ਬਹੁਤ ਆਏ ਮੈਂ ਪਹਿਲਾਂ ਪਹਿਲਾਂ ਜਦੋਂ ਮੈਂ ਇਲੈਕਟ ਹੋਇਆ ਸੀ 2008 ਵਿੱਚ ਜਦੋਂ ਮੈਨੂੰ ਪਹਿਲਾਂ ਪਹਿਲਾਂ ਪੁੱਛਿਆ ਤਾਂ ਮੈਂ ਥੋੜ੍ਹਾ ਜਿਹਾ ਸੰਗਦਾ ਸੀ ਮੈਂ ਕਿਹਾ ਯਾਰ ਇਹ ਗੱਲਾਂ ਕਰਕੇ ਕੀ ਲੈਣਾ ਬਟ ਅਸਲ 'ਚ ਮੈਂ ਆਈਵ ਨੋਟਿਸਡ ਵੀ ਜੇ ਅਸੀਂ ਇਹ ਗੱਲਾਂ ਨੂੰ ਨਾ ਕਰੀਏ ਦੈਨ ਅੱਜ ਕੱਲ੍ਹ ਜਿਹੜੇ ਪਤਾ ਨਹੀਂ ਲੱਗਾ ਕਿੱਦਾਂ ਇੱਥੇ ਤੱਕ ਪਹੁੰਚਦੇ ਹਾਂ ਐਗਜੈਕਟਲੀ ਐਂਡ ਖਾਸ ਕਰਕੇ ਜਿਹੜੇ ਸਾਡੇ ਵੀਰ ਭੈਣ ਜਿਹੜੇ ਹੁਣ ਇਸ ਵੇਲੇ ਇੰਡੀਆ ਤੋਂ ਆਉਂਦੇ ਆ ਉਹ ਕਈ ਵਾਰੀ ਹਾਲੇ ਵੀ ਦੇਖਦੇ ਪਏ ਯਾਰ ਇਹ ਬੜਾ ਔਖਾ ਵਾ ਇੱਥੇ ਰਹਿਣਾ ਪਰ ਉਹਨਾਂ ਨੂੰ ਅਸੀਂ ਹੁਣ ਜੇ ਦੱਸੀਏ ਵੀ ਯਾਰ ਇਹ ਤਾਂ ਬਹੁਤ ਹੀ ਫਰਕ ਪਿਆ ਵਾ ਦੈਨ ਥੋੜ੍ਹਾ ਜਿਹਾ ਅੰਡਰਸਟੈਂਡਿੰਗ ਮਿਲਦੀ ਹੈ ਅਤੇ ਕੈਨੇਡਾ ਦੀ ਐਪਰੀਸ਼ੀਏਸ਼ਨ ਵੱਧਦੀ ਆ ਸੋ ਉਦੋਂ ਤਾਂ ਯੈਸ ਡੈਫੀਨੇਟਲੀ ਰੇਸਿਜ਼ਮ ਸੀ ਕੋਈ ਸ਼ੱਕ ਨਹੀਂ ਜੂਨੀਅਰ ਜਾਂ ਇੱਕ ਤਾਂ ਆਪਾਂ ਇਹ ਕਹਿ ਇਹ ਵੀ ਕਹਿ ਸਕਦੇ ਹਾਂ ਵੀ ਰੇਸਿਜ਼ਮ ਸੀ ਜਾਂ ਇੱਕ ਇਹ ਵੀ ਕਹਿ ਲਈਏ ਕਿ ਨਾ ਸਮਝੀ ਵੀ ਸੀ ਉਹ ਸਮਝਦੇ ਨਹੀਂ ਸੀ ਵੀ ਹੂ ਵੀ ਆਰ ਇਸ ਕਰਕੇ ਵੀ ਉਸ ਪੱਖੋਂ ਸਿੰਘ ਸਾਹਿਬ ਮੈਂ ਕਹੂੰਗਾ ਵੀ ਹਾਲੇ ਵੀ ਲੋਕਾਂ ਨੂੰ ਪਤਾ ਨਹੀਂ ਹੂ ਵੀ ਆਰ ਓਕੇ ਉਹਨਾਂ ਨੂੰ ਬਸ ਇੰਨਾ ਪਤਾ ਵੀ ਜਿੱਥੇ ਅੱਗੇ ਇੱਕ ਸੀਗਾ ਹੁਣ 100 ਹੋ ਗਏ ਆ ਸੋ ਗੱਲਾਂ ਥੋੜ੍ਹੀਆਂ ਘੱਟ ਹੁੰਦੀਆਂ ਪਰ ਬਾਹਲਾ ਕਈਆਂ ਨੂੰ ਪਤਾ ਲੱਗਿਆ ਹੂ ਵੀ ਆਰ ਪਰ ਇਹ ਇੱਕ ਸਿੱਖ ਕੌਮ ਦੀ ਬਹੁਤ ਵੱਡੀ ਆਪਣੀ ਘਾਟ ਆ ਦੱਸ ਨਹੀਂ ਪਾਏ ਆਪਾਂ ਕੁਛ ਨਹੀਂ ਦੱਸ ਸਕੇ ਮੈਂ ਓਨੈਸਟਲੀ ਕਹਿ ਰਿਹਾ ਮੈਂ 1989 ਵਿੱਚ ਗੁਰਦੁਆਰਾ ਸਾਹਿਬ ਬਣਿਆ ਸੀ ਉਦੋਂ ਕਮਿਊਨਿਟੀ ਛੋਟੀ ਸੀ ਉਦੋਂ ਇਨਕਮ ਵਾਲੇ ਬਹੁਤ ਥੋੜ੍ਹੇ ਸੀ ਜਿਨ੍ਹਾਂ ਕੋਲ ਚੰਗੀ ਵੱਡੀ ਇਨਕਮ ਸੀ ਬਿਜ਼ਨਸਮੈਨ ਬਹੁਤ ਘੱਟ ਸੀ ਪ੍ਰੋਫੈਸ਼ਨਲਸ ਬਹੁਤ ਘੱਟ ਸੀ ਹੁਣ ਦੇਖ ਲਓ ਇੰਨੇ ਸਾਲ ਬਾਅਦ ਇੰਨੇ ਸਾਲਾਂ ਬਾਅਦ ਆਪਣੀ ਕਮਿਊਨਿਟੀ ਦੀ ਪਾਪੂਲੇਸ਼ਨ ਵੱਧ ਗਈ ਆ ਆਮਦਨ ਵੱਧ ਗਈ ਆ ਪੋਲੀਟੀਕਲ ਪਹੁੰਚ ਵੱਧ ਗਈ ਆ ਫਿਰ ਵੀ ਯਾਰ ਆਪਾਂ ਗੁਰਦੁਆਰਾ ਸਾਹਿਬ ਉਹ ਹੀ ਆ ਉਹ ਗੁਰਦੁਆਰਾ ਸਾਹਿਬ 'ਚ ਹੁਣ ਆਪਾਂ ਨੂੰ ਕਿੰਨੀਆਂ ਤਕਲੀਫਾਂ ਆਉਂਦੀਆਂ ਸਫਾਈ ਰੱਖਣ ਲਈ ਐਗਜੈਕਟਲੀ ਬਣੀ ਚੀਜ਼ ਨੂੰ ਆਪਾਂ ਹੁਣ ਮੇਨਟੇਨ ਨਹੀਂ ਕਰ ਸਕੇ ਅਤੇ ਬਾਹਰਲਿਆਂ ਨੂੰ ਕੁਛ ਦੱਸ ਨਹੀਂ ਸਕੇ ਕੋਈ ਗਿਣਤੀ ਰੱਖੀਏ ਵੀ ਯਾਰ ਕਿੰਨੇ ਸਕੂਲ ਗਰੁੱਪਸ ਨੂੰ ਅਸੀਂ ਗੁਰਦੁਆਰਾ ਸਾਹਿਬ ਲੈ ਕੇ ਆਉਂਦੇ ਹਾਂ ਕਿੰਨਿਆਂ ਨੂੰ ਐਕਸਪਲੇਨ ਕਰਦੇ ਹਾਂ ਦਿਖਾਉਂਦੇ ਹਾਂ ਵੀ ਅਸੀਂ ਸਾਡਾ ਕੀ ਧਰਮ ਆ ਕੀ ਸਾਡੀ ਥਿੰਕਿੰਗ ਆ ਉਸ ਵੇਲੇ ਮੈਂ ਜੂਨੀਅਰ ਹਾਈ ਸਕੂਲ ਅਤੇ ਐਲੀਮੈਂਟਰੀ ਸਕੂਲ ਦੇ ਵਿੱਚ ਖਾਸ ਕਰਕੇ ਐਲੀਮੈਂਟਰੀ ਦੇ ਵਿੱਚ ਰੇਸਿਸਟ ਸਟੇਟਮੈਂਟਾਂ ਦਾ ਬਹੁਤ ਕਹਿੰਦੇ ਸੀ ਬਹੁਤ ਕਹਿੰਦੇ ਸੀ ਆਉਂਦੇ ਜਾਂਦੇ ਕੁਛ ਨਾ ਕੁਛ ਕੁਛ ਨਾ ਕੁਛ ਕਹਿ ਦੇਣਾ ਜਾਂ ਸਟੋਰ ਦੇ ਵਿੱਚ ਜਾਣਾ ਅਤੇ ਮੈਨੂੰ ਹਾਲੇ ਯਾਦ ਆ ਕੈਨੇਡੀਅਨ ਟਾਇਰ ਸਟੋਰ ਤੱਕ ਗਏ ਸੀ ਮੈਂ ਮੇਰਾ ਫਾਦਰ ਅਤੇ ਡੈਡ ਐਂਡ ਬ੍ਰਦਰ ਐਂਡ ਉੱਥੇ ਕੁਛ ਵੱਡੇ ਸੀ ਚੰਗੇ ਬਾਡੀ ਬਿਲਡਰ ਅਸੀਂ ਤਾਂ ਛੋਟੇ ਛੋਟੇ ਸੀ ਜਵਾਕ ਉਹ ਇਮੀਟੇਸ਼ਨ ਕਰਨ ਲੱਗ ਗਏ ਹੈਂ ਉਹ ਉਹਨਾਂ ਦੀ ਇੱਕ ਸੋਚਣੀ ਸੀ ਵੀ ਇਹ ਜਿਹੜੀ ਟੁੱਟੀ ਫੁੱਟੀ ਇੰਗਲਿਸ਼ ਬੋਲਦੇ ਆ ਉਹਦਾ ਮਖੌਲ ਕਰਦੇ ਸੀ ਐਂਡ ਮੈਂ ਡੈਡੀ ਨੂੰ ਕਿਹਾ ਮੈਂ ਕਿਹਾ ਡੈਡ ਇਹ ਕੀ ਗੱਲਾਂ ਕਰਦਾ ਭਾਈ ਕਹਿੰਦਾ ਇਹਨੂੰ ਇੰਗਲਿਸ਼ ਨਹੀਂ ਆਉਂਦੀ ਤਾਂ ਇਹ ਕਰਦਾ ਤੂੰ ਫਿਕਰ ਨਾ ਕਰ ਸੋ ਬਹੁਤ ਕੁਛ ਦੇਖਿਆ ਐਂਡ ਸਕੂਲ ਦੇ ਵਿੱਚ ਕੁੱਟਮਾਰ ਵੀ ਹੁੰਦੀ ਸੀ ਸੱਚਾਈ ਆ ਵੀ ਉਦੋਂ ਲੜਾਈਆਂ ਵੀ ਬੜੀਆਂ ਹੋ ਜਾਂਦੀਆਂ ਸੀ ਸਕੂਲ ਵਿੱਚ ਨੈਚੁਰਲੀ ਕਿਉਂਕਿ ਸਾਡਾ ਖੂਨ ਇਹੋ ਜਿਹਾ ਤਾਂ ਹੈ ਹੀ ਆਪਾਂ ਸੁਣ ਨਹੀਂ ਸਕਦੇ ਕਿਸੇ ਦੀ ਗੱਲ ਉਹ ਵੀ ਬੜਾ ਕਰਦੇ ਸੀ ਮੇਰਾ ਠੰਡਾ ਸੁਭਾਅ ਆ ਸਾਡੇ ਵੱਲੋਂ ਨਹੀਂ ਸੀ ਸ਼ੁਰੂ ਹੋ ਗਿਆ ਪਰ ਜਦੋਂ ਹੋ ਜਾਂਦਾ ਸੀ ਫਿਰ ਯੂ ਨੋ ਬਟ ਉਹ ਬਹੁਤ ਆਈ ਮੀਨ ਪੱਗ ਨੂੰ ਪਟਕਾ ਬੰਨਿਆ ਹੁੰਦਾ ਸੀ ਪਟਕੇ ਨੂੰ ਹੱਥ ਲਾਉਣ ਨੂੰ ਬਹੁਤ ਆ ਜਾਂਦੇ ਸੀ ਹੋਰ ਇੱਥੇ ਇੱਕ ਈਸਟਰ ਪਰੇਡ ਡੇ ਹੁੰਦਾ ਸਕੂਲਾਂ 'ਚ ਐਂਡ ਉਸ ਟਾਈਮ ਦੇ ਵਿੱਚ ਈਸਟਰ ਪਰੇਡ ਡੇ ਦੇ ਵਿੱਚ ਸਟੂਡੈਂਟਸ ਨੇ ਹੈਟਸ ਬਣਾਉਣੀਆਂ ਸੀ ਐਂਡ ਮੈਨੂੰ ਹਾਲੇ ਹੀ ਯਾਦ ਆ ਵੀ ਕੁਛ ਸ਼ਰਾਰਤੀ ਮੁੰਡੇ ਖੁਦ ਇੱਕ ਤਾਂ ਇੱਕ ਮੁੰਡਾ ਜਿਹੜਾ ਸੀ ਉਹ ਵੀ ਇੱਕ ਹੋਰ ਧਰਮ ਦਾ ਸੀ ਉਹ ਵੀ ਮਾਈਨੋਰਿਟੀ ਗਰੁੱਪ ਦਾ ਸੀ ਫਿਰ ਵੀ ਉਹਨੂੰ ਕੋਈ ਫਿਕਰ ਨਹੀਂ ਉਹ ਪੱਗ ਦਾ ਫਨ ਬਣਾਉਣ ਲੱਗ ਗਏ ਉਹਨਾਂ ਨੇ ਆਪਣੀਆਂ ਜਿਹੜੀਆਂ ਈਸਟਰ ਹੈਟ ਬਣਾਉਣੀਆਂ ਸੀ ਉਹਨਾਂ ਨੇ ਪੱਗ ਦੀ ਸ਼ੇਪ ਦੇ ਵਿੱਚ ਪਟਕੇ ਦੀ ਸ਼ੇਪ 'ਚ ਬਣਾਈ ਅਤੇ ਟੀਚਰ ਨੇ ਵੀ ਕੁਛ ਖਾਸ ਕਿਹਾ ਨਹੀਂ ਸੋ ਬੜਾ ਦੁੱਖ ਲੱਗਦਾ
ਬਹੁਤ ਦੁੱਖ ਲੱਗਦਾ ਇੱਦਾਂ ਦੇ ਸਮੇਂ 'ਚ। ਅਤੇ ਮੈਂ ਉਸ ਕੋਲੋਂ ਧੰਨਵਾਦ ਵੀ ਹੈਗਾ, ਵੈਸੇ ਮੈਂ ਤਾਂ ਹਮੇਸ਼ਾ ਉਹਨਾਂ ਲੋਕਾਂ ਦਾ ਧੰਨਵਾਦ ਹੀ ਰਹਿੰਦਾ ਹੈਗਾ ਕਿ ਜਿਨ੍ਹਾਂ ਦੇ ਕਰਕੇ ਹੁਣ ਦੇਖੋ ਮੈਨੂੰ ਇੱਥੇ 2 ਸਾਲ ਹੋਇਆ ਅਤੇ 2.5 ਸਾਲ ਆਇਆ ਨੂੰ, ਔਰ ਸਿੱਖੀ ਸਰੂਪ 'ਚ ਰਹਿੰਦੇ ਹਾਂ, ਕਦੀ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਉਂਦੀ। ਉਹ ਤੁਹਾਡੀ ਹੀ ਬਦੌਲਤ ਹੈ ਜਿਹੜੇ ਤੁਸੀਂ ਇੱਥੇ ਆਏ ਔਰ ਆਪਣਾ ਬਚਪਨ ਵੀ ਉਸ ਰੂਪ 'ਚ ਗੁਜ਼ਾਰਿਆ, ਜਾਂ ਤੁਹਾਡੇ ਪੇਰੈਂਟਸ ਆਏ ਜਾਂ ਹੋਰ ਵੀ ਕਈ ਮਤਲਬ ਉਸ ਜਿਹੜੇ ਸਾਲਾਂ ਦੇ ਵਿੱਚ ਆਏ, 1997 ਸਾਲਾਂ ਦੇ ਵਿੱਚ ਕੈਲਗਰੀ ਦੇ 'ਚ ਆਏ ਜਾਂ ਕੈਨੇਡਾ 'ਚ ਆਏ, ਤਾਂ ਉਹਨਾਂ ਦੇ ਕਰਕੇ ਜਿਹੜੇ ਅੱਜ ਲੋਕ ਆਉਂਦੇ ਹੈਗੇ ਨੇ ਉਹਨਾਂ ਨੂੰ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਫੇਸ ਨਹੀਂ ਕਰਨੀਆਂ ਪੈਂਦੀਆਂ ਹੈਗੀਆਂ। ਉਹ ਇੱਕ ਸੋਰੀ ਟੂ ਇੰਟਰਪਟ, ਉਹ ਇੱਕ ਕੈਨੇਡਾ ਦੀ ਜਿਹੜੀ ਧਰਤੀ ਆ, ਕੈਨੇਡਾ ਦੀ ਇਹ ਪਵਿੱਤਰ ਧਰਤੀ ਆ, ਉਹਦਾ ਧੰਨਵਾਦ ਕਰਨਾ ਚਾਹੀਦਾ। ਬਿਕਾਜ਼ ਇਹ ਕੈਨੇਡਾ ਦੇ ਵਿੱਚ ਤੁਸੀਂ ਦੇਖੋ ਵੀ ਜਿੱਦਾਂ ਜਿੱਦਾਂ ਡਾਇਵਰਸਿਟੀ ਵੱਧਦੀ ਰਹੀ, ਕੈਨੇਡੀਅਨ ਸੋਸਾਇਟੀ ਉਨੀ ਓਪਨ ਹੋ ਗਈ, ਖੁੱਲ੍ਹੀ ਹੋਈ ਜਾਂਦੀ। ਬਟ ਇਟਸ ਵੈਰੀ ਇੰਪੋਰਟੈਂਟ ਵੀ ਆਪਣੇ ਜਿਹੜੇ ਨਵੇਂ ਵੀ ਨਿਊ ਕਮਰਸ ਵੀ ਆ, ਨਵੇਂ ਕੈਨੇਡੀਅਨਸ ਵੀ ਆ, ਉਹ ਵੀ ਅਪਰੀਸ਼ੀਏਟ ਕਰਨ ਵੀ ਇਹ ਧਰਤੀ ਨੇ ਜੋ ਕੁਛ ਸਾਨੂੰ ਸਾਰਿਆਂ ਨੂੰ ਦਿੱਤਾ, ਹੋਰ ਕਿਸੇ ਧਰਤੀ ਨੇ ਕਦੀ ਨਹੀਂ ਦਿੱਤਾ ਅਤੇ ਨਾ ਦੇਣਾ। ਈਵਨ ਕਿ ਆਪਾਂ ਜਿੱਥੋਂ ਆਏ ਹੈਗੇ ਜਿਸ ਧਰਤੀ ਤੋਂ, ਜਿਵੇਂ ਕਹਿ ਲਓ ਪੰਜਾਬ ਦੇ ਕਹਿ ਲਈ, ਉੱਥੇ ਵੀ ਜਿਹੜੀ ਹੈਗੀ ਇੰਨੀ ਹਾਰਮੋਨੀ ਆਪਸ 'ਚ ਲੋਕਾਂ ਦੇ 'ਚ ਨਹੀਂ ਹੈ ਜਿੰਨੀ ਕਿ ਇੱਥੇ ਸਾਨੂੰ ਜਿਹੜੀ ਮਿਲਣੀ। ਜੇ ਆਪਾਂ ਅੱਗੇ ਗੱਲ ਕਰੀਏ ਤੁਹਾਡੇ ਬਚਪਨ ਤੋਂ ਗਾਂਹ ਦੀ ਗੱਲ ਕਰੀਏ, ਫਿਰ ਪੜ੍ਹਾਈ ਦੇ ਦੌਰਾਨ ਫਿਰ ਕਿਸ ਤਰ੍ਹਾਂ ਦੀਆਂ ਤੁਸੀਂ ਜਿਹੜੇ ਹੈ ਪੜ੍ਹਾਈ ਨੂੰ ਚੂਜ਼ ਕੀਤਾ ਔਰ ਕਿਸ ਤਰ੍ਹਾਂ ਗਾਂਹ ਵਧੇ ਪੜ੍ਹਾਈ ਦੇ ਵਿੱਚ? ਸੋ ਮੈਂ ਤਾਂ ਹਾਈ ਸਕੂਲ ਤੋਂ ਬਾਅਦ ਮੈਂ ਜ਼ਿਆਦਾ ਕਮਿਊਨਿਟੀ ਦੇ ਕੰਮਾਂ 'ਚ ਪੈ ਗਿਆ ਸੀ। ਠੀਕ ਹੈ। 1999 ਦੇ ਵਿੱਚ ਜਦੋਂ 300 ਸਾਲਾਂ ਮਨਾਉਣਾ ਸੀ ਆਪਾਂ ਖਾਲਸੇ ਦਾ, ਉਦੋਂ ਮੈਂ ਨਿਊ ਈਅਰਸ 'ਤੇ ਮੈਂ ਇੰਡੀਆ ਸੀ, ਸ੍ਰੀ ਬਾਬਾ ਬਕਾਲਾ ਸਾਹਿਬ ਸਾਡਾ ਪਿੰਡ ਨਾਲ ਹੀ ਆ, ਸ੍ਰੀ ਬਾਬੇ ਬਕਾਲੇ ਸੀ ਨਿਊ ਈਅਰਸ 'ਤੇ, ਉੱਥੇ ਕੀਰਤਨ ਸਮਾਗਮ ਸੀ ਅਤੇ ਉੱਥੇ ਇੱਕ ਪ੍ਰਚਾਰਕਾਂ ਨੇ ਗੱਲ ਕੀਤੀ ਵੀ 300 ਸਾਲਾ ਆ ਰਿਹਾ ਖਾਲਸੇ ਦਾ ਅਤੇ ਸਾਰੇ ਬੜੇ ਧੂਮਧਾਮ ਨਾਲ ਮਨਾਉਣ, ਅਤੇ ਮੈਂ ਵੀ ਫਿਰ ਮੈਂ ਕਿਹਾ ਯਾਰ ਇਹ ਸਾਨੂੰ ਇੱਥੇ ਵੀ ਚਾਹੀਦਾ ਵੀ ਅਸੀਂ ਵੀ ਕੁਛ ਕਰੀਏ। ਐਂਡ ਸੋ ਇੰਡੀਆ ਆਉਣ ਤੋਂ ਬਾਅਦ ਅਸੀਂ ਕੁਛ ਯੂਥ ਨੇ ਅਸੀਂ ਇਕੱਠੇ ਹੋ ਕੇ ਅਤੇ ਯੂਥ ਗਰੁੱਪ ਸ਼ੁਰੂ ਕੀਤਾ ਕੈਲਗਰੀ ਦਾ, ਐਂਡ ਦਸ਼ਮੇਸ਼ ਮਿਸ਼ਨ ਨਾਂ ਰੱਖਿਆ ਸੀ, ਹੁਣ ਵੀ ਸਿੱਖ ਯੂਥ ਕੈਲਗਰੀ ਨੌਜਵਾਨ ਸੇਵਾ ਕਰਦੇ। ਔਰ ਮੈਂ ਬੜਾ ਇੰਪ੍ਰੈਸਡ ਹੈਗਾ ਉਹਨਾਂ ਕੋਲ ਜਦੋਂ ਵੀ ਕਦੇ ਵੀ ਉਹ ਜਿਵੇਂ ਖਾਸ ਕਰਕੇ ਨਗਰ ਕੀਰਤਨ ਦੇ ਵਿੱਚ ਜਿਹੜੀ ਉਹਨਾਂ ਦੀ ਮੈਨੇਜਮੈਂਟ ਹੁੰਦੀ ਹੈ, ਜਿਸ ਤਰ੍ਹਾਂ ਵੀ ਆਪਣੇ ਆਪ ਨੂੰ ਪੇਸ਼ ਕਰਦੇ ਨੇ, ਆਈ ਐਮ ਵੈਰੀ ਇੰਪ੍ਰੈਸਡ ਕਿ ਮਤਲਬ ਉਹ ਨਿਸ਼ਕਾਮ ਸੇਵਾ ਜਿਹੜੀ ਅੱਜ ਵੀ ਬੜੇ ਉਹ ਤਨਦੇਹੀ ਨਾਲ ਕਰਦੇ ਹੈ। ਉਹ ਅਸਲੀ ਯੂਨੋ ਅਸਲੀ ਸੇਵਾ, ਉਹਦੇ ਵਿੱਚ ਕੋਈ ਰੀਸ ਨਹੀਂ, ਅਸਲੀ ਸੇਵਾ ਦੀ ਕੋਈ ਰੀਸ ਨਹੀਂ। ਐਂਡ ਸੋ ਅਸੀਂ ਉਹ 99 ਦੇ ਵਿੱਚ ਸ਼ੁਰੂ ਕੀਤਾ, ਐਂਡ ਮੇਰੇ ਨਾਲ ਖਾਸ ਕਰਕੇ ਇੱਕ ਸਾਡਾ ਵੀਰ ਜਿਹੜਾ ਪਿਛਲੇ ਹਫ਼ਤੇ ਪੂਰਾ ਹੋ ਗਿਆ, ਗੁਰਜੀਤ ਸਿੰਘ ਧਨੋਆ, ਹਾਂਜੀ ਹਾਂਜੀ, ਉਹਨਾਂ ਅਸੀਂ ਦੋਨਾਂ ਨੇ ਮਿਹਨਤ ਸ਼ੁਰੂ ਕਰਨ ਦੀ ਗੱਲ ਹੁੰਦੀ ਹੈਗੀ ਹੈ, ਬਾਕੀ ਤਾਂ ਜਿਵੇਂ ਜਿਵੇਂ ਚੰਗੇ ਆਈਡੀਆ ਆਉਂਦਾ ਹੈਗਾ ਲੋਕੀ ਹੋਰ ਵੀ ਨਾਲ ਰਲਦੇ ਜਾਂਦੇ ਨੇ। ਸੋ ਅਸੀਂ ਕੁਛ 8-10 ਸਾਲ ਤੋਂ ਉੱਥੇ ਫੋਕਸ ਰੱਖਿਆ ਅਤੇ ਨਾਲ ਦੀ ਨਾਲ ਮੈਂ ਕੋਰਸਿਸ ਲੈਂਦਾ ਰਿਹਾ ਸੋਸ਼ੀਓਲੋਜੀ ਦੇ। ਠੀਕ ਹੈ। ਐਂਡ ਸੋ ਸੋਸ਼ੀਓਲੋਜੀ ਦੀ ਇੱਕ ਡਿਗਰੀ 3-year degree ਫਿਨਿਸ਼ ਕੀਤੀ। ਓਕੇ। ਐਂਡ ਫਿਰ ਮੈਨੂੰ ਕਿਸ ਨੇ ਆਈਡੀਆ ਦਿੱਤਾ, ਕਹਿੰਦੇ ਤੂੰ ਲਾਅ ਦੀ ਕਰਕੇ ਦੇਖ ਲਾ, ਲਾਅ ਦੀ ਟਰਾਈ ਕਰ ਲਾ। ਮੈਂ ਕਿਹਾ ਯਾਰ ਮੈਂ ਤਾਂ ਕਦੀ ਪੜ੍ਹਿਆ ਨਹੀਂ, ਹਾਈ ਸਕੂਲ ਦੇ ਵਿੱਚ ਵੀ ਬੜਾ ਫੋਕਸ ਨਹੀਂ ਰੱਖਿਆ ਐਜੂਕੇਸ਼ਨ ਦਾ ਅਤੇ ਸੋਸ਼ੀਓਲੋਜੀ ਡਿਗਰੀ ਦੇ ਵਿੱਚ ਵੀ ਬੜਾ ਫੋਕਸ ਨਹੀਂ ਸੀ ਰੱਖਿਆ। ਮੈਂ ਕਿਹਾ ਚਲੋ ਇੱਕ ਡਿਗਰੀ ਪੂਰੀ ਕਰਨੀ ਹੈ, ਕਰ ਲਓ। ਸੋ ਮੈਂ ਨਾ ਹੀ ਮੈਂ ਕਦੀ ਸੋਚਿਆ ਸੀ ਵੀ ਮੇਰਾ ਮੈਂ ਜੇ ਮਨ ਲਾ ਕੇ ਪੜ੍ਹਾਂ ਤਾਂ ਮੇਰੇ ਬਹੁਤ ਵਧੀਆ ਮਾਰਕ ਆ ਸਕਦੇ ਆ, ਕਦੀ ਦਿਮਾਗ ਉੱਧਰ ਗਿਆ ਹੀ ਨਹੀਂ। ਮੈਂ ਕਿਹਾ ਮੈਂ ਹੋਰ ਬਹੁਤ ਕੁਛ ਕਰ ਲੂੰਗਾ ਪਰ ਪੜ੍ਹਨ ਦੀ ਕੋਈ ਜ਼ਰੂਰਤ ਨਹੀਂ। ਪਰ ਜਦੋਂ ਸੋਸ਼ੀਓਲੋਜੀ ਵਿੱਚ ਤੁਸੀਂ ਪੜ੍ਹਦੇ ਹਾਂ ਅਤੇ ਦੇਖਦੇ ਹਾਂ ਵੀ ਯਾਰ ਇਹ ਇੱਕ ਆਪਾਂ ਸਾਰੇ ਆਪਣੀ ਸੋਸਾਇਟੀ ਦੇ ਪ੍ਰੋਡਕਟ ਆ, ਐਂਡ ਜੇ ਅਸੀਂ ਆਪਣੀ ਸੋਸਾਇਟੀ ਦੇ ਦੇ ਜਿਹੜੇ ਕੰਡੀਸ਼ਨਸ ਆ, ਜੇ ਉਹਦੇ ਵਿੱਚ ਹੀ ਅਸੀਂ ਸਟੱਕ ਹੁੰਦੇ ਰਹੇ ਤਾਂ ਤਰੱਕੀ ਨਹੀਂ ਹੋਣੀ। ਐਂਡ ਸੋ ਉਹਦੇ ਨਾਲ ਮੈਂ ਫਿਰ ਸੋਚਿਆ, ਜਦੋਂ ਮੈਨੂੰ ਕਿਸੇ ਨੇ ਸਲਾਹ ਦਿੱਤੀ ਵੀ ਲਾਅ ਦਾ ਕਰ ਲਓ, ਮੈਂ ਕਿਹਾ ਯਾਰ ਕਰਨਾ ਚਾਹੀਦਾ। ਐਂਡ ਸੋ ਮਿਹਨਤ ਕੀਤੀ, ਆਖਰੀ ਮੇਰੇ ਜਿਹੜੇ ਕੋਰਸ ਸੀਗੇ ਸੋਸ਼ੀਓਲੋਜੀ ਦੇ ਉਹਨਾਂ ਦੇ ਵਿੱਚ ਮੈਂ ਏਜ਼ ਤਕਰੀਬਨ ਸਭ ਜ਼ਿਆਦਾ ਏ ਹੀ ਲੈ ਕੇ ਆਇਆ। ਫਿਰ ਮੈਂ ਕਿਹਾ ਦਿਖਾ ਦੇਣਾ ਪੜ੍ਹ ਵੀ ਸਕਦੇ ਐਂਡ ਸੋ ਐਡਮਿਸ਼ਨ ਆਪਾਂ ਨੂੰ ਮਿਲ ਗਈ ਲਾਅ ਸਕੂਲ ਦੀ। ਐਂਡ ਜਦੋਂ ਮੈਨੂੰ ਐਡਮਿਸ਼ਨ ਮਿਲੀ, ਐਕਚੁਲੀ ਮੈਂ ਫੈਡਰਲ ਦੇ ਕੈਬਨਿਟ ਮਿਨਿਸਟਰ ਜਿਮ ਪ੍ਰੈਂਟਿਸ ਸੀ, ਉਹ ਐਲਬਰਟਾ ਅਤੇ ਨੌਰਥ ਵੈਸਟ ਟੈਰੀਟਰੀਜ਼ ਦਾ ਉਹਨਾਂ ਨੂੰ ਕਮਾਂਡ ਦਿੱਤਾ ਸੀ ਅਤੇ ਮੈਂ ਉਹ ਜ਼ਿੰਮੇਵਾਰੀ ਨਿਭਾਉਣਾ ਸੀ ਉਹਨਾਂ ਲਈ। ਸੋ ਯੰਗ ਏਜ ਦੇ ਵਿੱਚ ਕਾਫ਼ੀ ਸੀਨੀਅਰ ਜ਼ਿੰਮੇਵਾਰੀ ਸੀ ਉਹ ਵੀ, ਜਦੋਂ ਐਡਮਿਸ਼ਨ ਮਿਲਿਆ ਲਾਅ ਦਾ। ਪਰ ਮੈਂ ਕਿਹਾ ਉਹਨਾਂ ਨੇ ਵੀ ਕਿਹਾ ਜਿਮ ਵੀ ਵਕੀਲ ਆ, ਕਹਿੰਦਾ ਤੈਨੂੰ ਜਾਣਾ ਪੈਣਾ, ਨਹੀਂ ਤਾਂ ਕਹਿੰਦਾ ਮੈਂ ਤੈਨੂੰ ਫਾਇਰ ਕਰ ਦੇਣਾ, ਕਹਿੰਦਾ ਲਾਅ ਪੜ੍ਹਨਾ ਬਹੁਤ ਜ਼ਰੂਰੀ ਹੈ ਤੂੰ ਜਾ। ਐਂਡ ਸੋ ਦੈਨ ਫਿਰ ਆਪਾਂ ਲਾਅ ਸਕੂਲ ਠੀਕ ਹੈ
ਤੇ ਸਿਆਸਤ ਦੇ ਵਿੱਚ ਕਿਸ ਤਰ੍ਹਾਂ ਰੁਚੀ ਪੈਦਾ ਹੋਈ ਤੁਸੀਂ ਸਿਆਸਤ ਦੇ ਵਿੱਚ ਆਏ ਕਿਉਂਕਿ ਅੱਜ ਜਿਹੜਾ ਤੁਹਾਡਾ ਬੜਾ ਵੱਡਾ ਨਾਮ ਹੈਗਾ ਮਤਲਬ ਕੈਨੇਡੀਅਨ ਨਾਲ ਖਾਸ ਕਰਕੇ ਅਲਬਰਟਾ ਦੀ ਸਿਆਸਤ ਦੇ ਵਿੱਚ ਇਸ ਕਿਸ ਤਰ੍ਹਾਂ ਇਸਦੀ ਸ਼ੁਰੂਆਤ ਹੋਈ ਕਿਸ ਤਰ੍ਹਾਂ ਮੋਟੀਵੇਸ਼ਨ ਹੋਈ ਕਿ ਤੁਹਾਨੂੰ ਸਿਆਸਤ ਦੇ ਵਿੱਚ ਆਉਣਾ ਚਾਹੀਦਾ ਜਦੋਂ ਅਸੀਂ ਛੋਟੇ ਸੀ ਉਹ ਯੂ ਨੋ ਕੁਛ 6, 7, 8, 9, 10 ਸਾਲਾਂ ਦਾ ਸੀ ਮੈਂ ਉਦੋਂ ਦਾ ਮੈਨੂੰ ਯਾਦ ਆ ਵੀ ਸਾਡੇ ਫਾਦਰ ਸਾਹਿਬ ਹੁਣੀ ਜਦੋਂ ਕਮਿਊਨਿਟੀ ਦੇ ਵਿੱਚ ਇਨਵੋਲਵ ਸੀ ਕਮਿਊਨਿਟੀ ਨੂੰ ਪੋਲੀਟੀਸ਼ੀਅਨਸ ਦੀ ਬਹੁਤ ਲੋੜ ਪਈ ਹੁਣ ਤੁਹਾਨੂੰ ਐਗਜ਼ਾਮਪਲ ਦਿੰਦਾ ਵੀ ਗੁਰਦੁਆਰਾ ਸਾਹਿਬ ਜਦੋਂ ਬਣਾਉਣਾ ਸੀ ਗੁਰਦੁਆਰਾ ਸਾਹਿਬ ਬਣਾਉਣ 'ਚ ਬਹੁਤ ਓਪੋਜੀਸ਼ਨ ਆਈ ਸੀ ਕਮਿਊਨਿਟੀਜ਼ ਦੀ ਜ਼ੋਨਿੰਗ ਸਿਟੀ ਨਾਲ ਬਹੁਤ ਪੰਗੇ ਪਏ ਰਹਿੰਦੇ ਸੀ ਕਨਵਿੰਸ ਕਰਵਾਉਣਾ ਸਾਰੀ ਗੱਲਾਂ ਸਮਝਾਉਣੀਆਂ ਏ ਟੂ ਜ਼ੈਡ ਬਹੁਤ ਔਖਾ ਜਿਹਾ ਹੁੰਦਾ ਹੈ ਐਂਡ ਉਸ ਵੇਲੇ ਡੌਨ ਗੈਟੀ ਸਾਡੇ ਪ੍ਰੀਮੀਅਰ ਸੀ ਐਂਡ ਡੌਨ ਗੈਟੀ ਨੇ ਡੈਡੀ ਹੁਣਾਂ ਨੇ ਡੌਨ ਗੈਟੀ ਦੀ ਬਹੁਤ ਸਪੋਰਟ ਕੀਤੀ ਸੀ ਠੀਕ ਹੈ ਐਂਡ ਐਕਚੁਲੀ ਜਿਹੜਾ ਮੇਰਾ ਹਲਕਾ ਹੁਣ ਕੈਲਗਰੀ ਮਾਊਂਟਰੋਜ਼ ਸੀਗਾ ਪਹਿਲਾਂ ਉਹ ਹਲਕੇ ਦੇ ਵਿੱਚ ਮੇਰੇ ਖਿਆਲ ਬਹੁਤ ਥੋੜ੍ਹੀਆਂ ਰਾਈਡਿੰਗਸ ਹਲਕਿਆਂ 'ਚੋਂ 100% ਸਪੋਰਟ ਡੌਨ ਗੈਟੀ ਨੂੰ ਗਈ ਸੀ ਓਕੇ ਜਿਹੜੇ ਉੱਥੇ ਡੈਲੀਗੇਟ ਦੀ ਵੋਟ ਸੀ ਸਾਰੇ ਦੇ ਸਾਰੇ ਡੈਲੀਗੇਟ ਇਹਦੇ ਡੌਨ ਗੈਟੀ ਦੇ ਚੁਣੇ ਗਏ ਸੀ ਠੀਕ ਹੈ ਐਂਡ ਸੋ ਉਹ ਤੋਂ ਬਾਅਦ ਉਹਨਾਂ ਦਾ ਡੈਡ ਹੋਣਾ ਦਾ ਅਤੇ ਪੂਰੀ ਕਮਿਊਨਿਟੀ ਦਾ ਬਹੁਤ ਉਹਨਾਂ ਨਾਲ ਕਨੈਕਸ਼ਨ ਸੀ ਗੈਟੀ ਨਾਲ ਆਪਣੇ ਪੂਰੇ ਸਿੱਖ ਕਮਿਊਨਿਟੀ ਦਾ ਬਹੁਤ ਉਹਨਾਂ ਨਾਲ ਕਨੈਕਸ਼ਨ ਸੀ ਪੰਜਾਬੀ ਕਮਿਊਨਿਟੀ ਦਾ ਐਂਡ ਉਹਨਾਂ ਨੇ ਫਿਰ ਉਹਨਾਂ ਨੇ ਗੈਟੀ ਸਾਹਿਬ ਨੇ ਅਤੇ ਹੋਰ ਜਿਹੜੇ ਇੱਥੇ ਲੋਕਲ ਪੋਲੀਟੀਸ਼ੀਅਨ ਸੀ ਉਹਨਾਂ ਨੇ ਕਾਫੀ ਹੈਲਪ ਕੀਤੀ ਐਂਡ ਜਿਹੜਾ ਜਿਮ ਪ੍ਰੈਂਟਿਸ ਸੀ ਜਿਮ ਪ੍ਰੈਂਟਿਸ ਉਸ ਵੇਲੇ ਵਕੀਲ ਸੀਗਾ ਐਂਡ ਉਹਨਾਂ ਨੇ ਸਾਰਾ ਜਿਹੜਾ ਗੁਰਦੁਆਰਾ ਸਾਹਿਬ ਦਾ ਕਾਨੂੰਨੀ ਕੰਮ ਸੀ ਉਹ ਕੀਤਾ ਫਰੀ 'ਚ ਠੀਕ ਹੈ ਕੁਛ ਉਹਨਾਂ ਦੇ ਨਾਂ 'ਚ ਕੁਛ $25,000-30,000 ਦਾ ਕੰਮ ਉਹਨਾਂ ਨੇ ਫਰੀ 'ਚ ਕੀਤਾ ਐਂਡ ਮਾਫ਼ ਕਰਨਾ ਕਹਿਣਾ ਨਹੀਂ ਚਾਹੀਦਾ ਪਰ ਅੱਜ ਤਾਂ ਆਪਣੇ ਬੰਦੇ ਵੀ ਲੈ ਲੈਣ ਚਾਰਜ ਕਰ ਬੜੀ ਯੂ ਨੋ ਸੋਚਣ ਵਾਲੀ ਗੱਲ ਆ ਬੜੀ ਸੋਚਣ ਵਾਲੀ ਗੱਲ ਆ ਪਿੰਡ 80s ਦੇ ਵਿੱਚ 1980s ਦੇ ਵਿੱਚ 25-30-40,000 ਦਾ ਤਾਂ ਘਰ ਆ ਜਾਂਦਾ ਸੀ ਰਾਈਟ ਛੋਟੇ ਛੋਟੇ ਘਰ ਆ ਜਾਂਦੇ ਸੀ ਇੰਨੇ 'ਚ ਅਤੇ ਬੰਦੇ ਨੇ ਇੰਨਾ ਕੰਮ ਫਰੀ 'ਚ ਕੀਤਾ ਆਪਣੇ ਲਈ ਆਪਾਂ ਤਾਂ ਫਿਰ ਵੀ ਬੇਗਾਨੇ ਹਾਂ ਉਹਦੇ ਲਈ ਐਂਡ ਹੁਣ ਤਾਂ ਸੇਵਾ ਲੈਣ ਲਈ ਕੁਛ ਬੜੀਆਂ ਮੁਸ਼ਕਲਾਂ ਆਉਂਦੀਆਂ ਵਾ ਹੁਣ ਤਾਂ ਜਦੋਂ ਕਿਸ ਨੂੰ ਕੋਈ ਕਹੀਦਾ ਪਿਆ ਕੰਮ ਆ ਤਾਂ ਹਰੇਕ ਹੀ ਕਹਿ ਦਿੰਦਾ ਵੀ ਬਟ ਫਿਰ ਵੀ ਹਾਲੇ ਵੀ ਸੇਵਾ ਭਾਵਨਾ ਹਾਲੇ ਵੀ ਬਹੁਤ ਆਪਣੇ ਕੰਸਟਰਕਸ਼ਨ ਵੀਰ ਫੋਰ ਐਗਜ਼ਾਮਪਲ ਉਹਨਾਂ ਨੂੰ ਜਦੋਂ ਕਹੀਦਾ ਗੁਰਦੁਆਰਾ ਸਾਹਿਬ ਦੇ ਵਿੱਚ ਲੋਕ ਆ ਜਾਂਦੇ ਆ ਪਰ ਇਹ ਜਿਹੜੀ ਸੇਵਾ ਭਾਵਨਾ ਇਹਨੂੰ ਆਪਾਂ ਗਵਾਈਏ ਬਿਲਕੁਲ ਸਹੀ ਆ ਅਤੇ ਫਿਰ ਉਸ ਤੋਂ ਤੁਹਾਨੂੰ ਲੋੜ ਮਹਿਸੂਸ ਹੋਈ ਵੀ ਕਿਉਂ ਨਾ ਪੋਲੀਟਿਕਸ ਦੇ ਵਿੱਚ ਆਇਆ ਜਾਵੇ ਜਾਂ ਵੀ ਕੁਛ ਨਾ ਕੁਛ ਇਨਵੋਲਵਮੈਂਟ ਉੱਥੇ ਸ਼ੋਅ ਕੀਤੀ ਜਾਵੇ ਉਸ ਦੇ ਵਿੱਚ ਉਹ 'ਚ ਮੈਨੂੰ ਪਤਾ ਲੱਗਾ ਵੀ ਪੋਲੀਟਿਕਸ ਦਾ ਬਹੁਤ ਜ਼ਰੂਰੀ ਰੋਲ ਆ ਆਪਣੀ ਸੋਸਾਇਟੀ ਵਿੱਚ ਅਤੇ ਕੈਨੇਡਾ ਦੇ ਵਿੱਚ ਪੋਲੀਟਿਕਸ ਦੇ ਵਿੱਚ ਆ ਕੇ ਤੁਹਾਨੂੰ ਕੋਈ ਬਾਹਲਾ ਯੂ ਨੋ ਇੰਡੀਆ ਵਾਲਾ ਹਿਸਾਬ ਤਾਂ ਹੈ ਨਹੀਂ ਵੀ ਤੁਹਾਨੂੰ ਬੜੇ ਬੈਨੀਫਿਟ ਮਿਲਦੇ ਆ ਇੱਦਾਂ ਦੀ ਕੋਈ ਗੱਲ ਨਹੀਂ ਐਂਡ ਮੈਂ ਖੁਦ ਆਪਣੇ ਟੀਨੇਜ ਈਅਰਸ ਦੇ ਵਿੱਚ ਮੈਂ ਸੋਚਿਆ ਵੀ ਮੈਂ ਪੋਲੀਟਿਕਸ ਦੇ ਵਿੱਚ ਇਨਵੋਲਵ ਜ਼ਰੂਰ ਹੋਊਂਗਾ ਪਰ ਮੈਂ ਆਪ ਨਹੀਂ ਖੜਨਾ ਮੈਂ ਬਿਹਾਈਂਡ ਦਾ ਸੀਨ ਸਲਾਹਕਾਰ ਰੋਲ ਮੈਂ ਬਹੁਤ ਪਲੇਅ ਕੀਤਾ ਜਿਮ ਪ੍ਰੈਂਟਿਸ ਲਈ ਹੋਰ ਕਈਆਂ ਲਈ ਸੀਨੀਅਰਸ ਲੈਵਲ 'ਤੇ ਮੈਂ ਬੜੇ ਯੰਗ ਏਜ ਦੇ ਵਿੱਚ ਉਹਨਾਂ ਨਾਲ ਬਹੁਤ ਸੀਨੀਅਰ ਲੈਵਲ 'ਤੇ ਨੈਸ਼ਨਲ ਐਡਵਾਈਜ਼ਰ ਇਹ ਵੀ ਤੁਹਾਡੀ ਖੁਸ਼ਕਿਸਮਤੀ ਸੀ ਕਿਉਂਕਿ ਚੰਗੀ ਸੰਗਤ ਵੀ ਅਗਰ ਚੰਗੇ ਬੰਦੇ ਦੀ ਮਿਲ ਜਾਂਦੀ ਹੈ ਤਾਂ ਉਹ ਬੈਨੀਫਿਟ ਕਰਦੀ ਹੈਗੀ ਤਾਂ ਸੰਗਤ ਦੀ ਬਹੁਤ ਇੰਪੋਰਟੈਂਟ ਰੋਲ ਆ ਬਿਕੋਜ਼ ਮੈਂ ਜਦੋਂ ਮੈਂ ਦੇਖਿਆ ਵੀ ਕੁਛ ਗਲਤ ਬੰਦੇ ਵੀ ਬਹੁਤ ਆ ਪੋਲੀਟਿਕਸ ਵਿੱਚ ਐਂਡ ਜਿਹਨਾਂ ਦੀ ਸੋਚਣੀ ਪੂਰੀ ਸਾਫ਼ ਨਹੀਂ ਜਿਹੜੇ ਆਪਣੇ ਭਲੇ ਲਈ ਪੋਲੀਟਿਕਸ ਵਿੱਚ ਆਉਂਦੇ ਆ ਐਂਡ ਸੋ ਮੇਰਾ ਮਨ ਕਾਫ਼ੀ ਚਿਰ ਲਈ ਮੈਂ ਕਿਹਾ ਵੀ ਯਾਰ ਮੈਂ ਤਾਂ ਇਹ ਕੰਮਾਂ 'ਚੋਂ ਕੀ ਲੈਣਾ ਐਂ ਬਟ ਜਦੋਂ ਵਧੀਆ ਬੰਦੇ ਜਿਮ ਪ੍ਰੈਂਟਿਸ ਵਰਗੇ ਜਦੋਂ ਆਏ ਫਿਰ ਆਪ ਹੀ ਤੁਹਾਡੇ ਯੂ ਨੋ ਤੁਹਾਡੇ ਮਨ ਵਿੱਚ ਇੱਕ ਸੋਚ ਆਉਂਦੀ ਆ ਵੀ ਜੇ ਮੈਂ ਨਹੀਂ ਕੀਤਾ ਤਾਂ ਫਿਰ ਕੌਣ ਕਰੂ ਬਿਲਕੁਲ ਐਂਡ ਜੇ ਸਹੀ ਬੰਦੇ ਜਿਹੜੇ ਸਹੀ ਸੋਚ ਵਾਲੇ ਆ ਮੈਂ ਇਹ ਨਹੀਂ ਕਹਿ ਰਿਹਾ ਵੀ ਮੈਂ ਸਹੀ ਹਾਂ ਮੇਰਾ ਬੜਾ ਪਾਪੀ ਬੰਦਾ ਬਟ ਜਿਹੜੇ ਸਹੀ ਸੋਚ ਵਾਲੇ ਸਹੀ ਇੰਟੈਂਸ਼ਨਸ ਵਾਲੇ ਵੀ ਸਾਡੀ ਸੋਚਣੀ ਸਾਫ਼ ਆ ਸਾਡੀ ਇੰਟੈਂਸ਼ਨ ਸਾਡੇ ਗੋਲ ਸਾਫ਼ ਆ ਜੇ ਸਹੀ ਸੋਚਣੀ ਵਾਲੇ ਲੋਕ ਪੋਲੀਟਿਕਸ ਤੋਂ ਦੂਰ ਰਹਿ ਗਏ ਬਿਕੋਜ਼ ਉਹਨਾਂ ਨੂੰ ਡਰ ਲੱਗਦਾ ਵੀ ਗੰਦੇ ਸਹੀ ਨਹੀਂ ਕੰਮ ਗੰਦੇ ਬੰਦੇ ਆਉਂਦੇ ਆ ਦੈਨ ਫਿਰ ਤਾਂ ਆਪਾਂ ਹੋਰ ਗੰਦਾ ਕਰਨ ਵਾਲੀ ਗੱਲ ਹੋ ਗਈ ਐਗਜ਼ੈਕਟਲੀ ਰਾਈਟ ਇੱਥੇ ਹੁਣ ਕਈ ਆਪਣੇ ਨੌਜਵਾਨ ਵੀਰ ਭੈਣ ਵੋਟ ਪਾਉਣ ਤੋਂ ਬੜਾ
ਯੂ ਨੋ ਤਰਫਦੇ ਆ ਵੀ ਨਹੀਂ ਜਾਂ ਮੈਂ ਨਹੀਂ ਵੋਟ ਪਾਉਣੀ ਅਤੇ ਉਹਨਾਂ ਨੂੰ ਮੈਂ ਇੱਕ ਨੂੰ ਮੈਂ ਕਿਹਾ ਮੈਂ ਕਿਹਾ ਆਹ ਫਲਾਨੇ ਬੰਦਿਆਂ ਦੀ ਕਿ ਤੁਹਾਡੀ ਕੀ ਸੋਚਣੀ ਆ ਕਹਿੰਦੇ ਪਏ ਉਹ ਉਹਨਾਂ ਦੀ ਸਹੀ ਨਹੀਂ ਗੱਲ ਹੈ ਉਹਨਾਂ ਨੂੰ ਰੋਕਣਾ ਵੀ ਤਾਂ ਤੁਹਾਡੀ ਜ਼ਿੰਮੇਵਾਰੀ ਬਣਦੀ ਜਿਹੜਾ ਨਹੀਂ ਬੰਦਾ ਸਹੀ ਹੈਗਾ ਬਟ ਆਈ ਸੈਡ ਇਹ ਮੈਂ ਕਿਹਾ ਜੇ ਤੁਸੀਂ ਨਹੀਂ ਵੋਟ ਪਾਉਣੇ ਤਾਂ ਉਹ ਬੰਦਾ ਵੋਟ ਪਾਉਂਦਾ ਦੈਨ ਤੁਸੀਂ ਉਹਨਾਂ ਨੂੰ ਆਪਣੀ ਵੋਇਸ ਦੇ ਦਿੱਤੀ ਤੁਹਾਡੀ ਜਿਹੜੀ ਆਵਾਜ਼ ਆ ਤੁਸੀਂ ਉਹਨਾਂ ਨੂੰ ਦੇ ਦਿੱਤੀ ਤੁਸੀਂ ਕਹਿ ਦਿੱਤਾ ਵੀ ਮੈਂ ਚੁੱਪ ਰਹਿਣਾ ਅਤੇ ਤੂੰ ਬੋਲੀ ਜਾ ਸੋ ਇਹਦੇ ਵਿੱਚ ਤਾਂ ਸੁਸਾਇਟੀ ਦਾ ਕੋਈ ਫਾਇਦਾ ਨਹੀਂ ਬਿਲਕੁਲ ਐਂਡ ਸੋ ਇਸ ਕਰਕੇ ਮੈਨੂੰ ਫਿਰ ਐਡ ਸਟੈਲਮੈਕ ਜਿਹੜੇ ਸਾਡੇ ਪ੍ਰੀਮੀਅਰ ਸੀ ਉਹਨਾਂ ਦਾ ਮੈਨੂੰ ਉਹਨਾਂ ਨੇ ਮੈਨੂੰ ਅਪਰੋਚ ਕੀਤੀ ਕਹਿੰਦੇ ਵੀ ਤੂੰ ਆ ਕੇ ਖੜ ਹੁਣ ਇਲੈਕਸ਼ਨ 'ਚ ਕਹਿੰਦੇ ਅਸੀਂ ਤੈਨੂੰ ਨੋਮੀਨੇਟ ਕਰਦੇ ਹਾਂ ਤੂੰ ਆ ਕੇ ਖੜ ਐਂਡ ਮੈਂ ਫਿਰ ਕਾਫੀ ਸੋਚਿਆ ਟੂ ਬੀ ਕੁਆਇਟ ਓਨੈਸਟ ਮੈਂ ਕਾਫੀ ਔਖੀ ਡਿਸੀਜਨ ਸੀ ਮੇਰੇ ਲਈ ਮੈਂ ਕਿਹਾ ਫਿਰ ਬਿਹਾਈਂਡ ਦਾ ਸੀਨ ਸਾਡਾ ਕੰਮ ਵਧੀਆ ਚੱਲਦਾ ਸੀ ਐਂਡ ਲਾਅ ਦੀ ਪੜ੍ਹਾਈ ਹੋ ਰਹੀ ਸੀ ਬਟ ਉਹਨਾਂ ਨੇ ਫਿਰ ਕਨਵਿੰਸ ਕੀਤਾ ਅਤੇ ਇਲੈਕਸ਼ਨ ਕਿੰਨੀ ਉਮਰ ਸੀ ਉਦੋਂ ਜਦੋਂ ਤੁਸੀਂ ਪਹਿਲੀ ਵਾਰੀ ਇਲੈਕਸ਼ਨ ਲੜੀ ਮੈਂ 28 ਈਅਰ ਓਲਡ ਹੋਇਆ ਸੀ ਇਲੈਕਸ਼ਨ ਤੋਂ 2 ਜਾਂ 3 ਦਿਨ ਪਹਿਲਾਂ ਹੁਣ ਮੈਨੂੰ ਇਲੈਕਸ਼ਨ ਦੀ ਡੇਟ ਨਹੀਂ ਯਾਦ ਆ ਰਹੀ ਬਟ ਉਹ ਮਾਰਚ ਦੇ ਵਿੱਚ ਸੀ ਇਲੈਕਸ਼ਨ ਮਾਰਚ ਦੀ 3 ਜਾਂ 4 ਨੂੰ ਇਲੈਕਸ਼ਨ ਸੀ ਅਤੇ ਮਾਰਚ ਦੀ 1 ਤਰੀਕ ਨੂੰ ਮੇਰਾ ਬਰਥਡੇ ਆ ਅਤੇ ਮੈਂ 28 ਈਅਰਸ ਓਲਡ ਹੋਇਆ ਸੀ ਠੀਕ ਹੈ ਅਤੇ ਮੇਰੇ ਖਿਆਲ ਤੁਸੀਂ ਯੰਗੈਸਟ ਐਮ ਐਲ ਏ ਸੀ ਉਦੋਂ ਜਾਂ ਤੁਹਾਡੇ ਤੋਂ ਪਹਿਲਾਂ ਵੀ ਕੁਝ ਹੈ ਸੀ ਤੁਹਾਡੇ ਤੋਂ ਛੋਟੀ ਉਮਰ ਦੇ ਵੀ ਉਸ ਵੇਲੇ ਮੈਂ ਉਸ ਅਸੈਂਬਲੀ ਦੀ ਸਿਟਿੰਗ ਦੇ ਵਿੱਚ ਮੈਂ ਯੰਗੈਸਟ ਸੀ ਅਲਬਰਟਾ ਦੀ ਹਿਸਟਰੀ ਵਿੱਚ ਮੇਰੇ ਖਿਆਲ ਉੱਦਾਂ ਕੁਛ ਮੇਰੇ ਤੋਂ ਪਹਿਲਾਂ ਆਏ ਆ ਜਿਹੜੇ ਯੰਗਰ ਸੀ ਮੇਰੇ ਖਿਆਲ 'ਚ ਮੈਂ ਨੰਬਰ 5 ਜਾਂ 6 ਚ ਆਉਣਾ ਵਾ ਅਲਬਰਟਾ ਦੀ ਹਿਸਟਰੀ 'ਚ ਯੰਗੈਸਟ ਉਸ ਵੇਲੇ ਮੈਂ ਯੰਗੈਸਟ ਸੀ ਐਂਡ ਮੈਂ ਯੰਗੈਸਟ ਪਾਰਲੀਮੈਂਟਰੀ ਸੈਕਟਰੀ ਵੀ ਮੈਂ ਉਸ ਵੇਲੇ ਯੰਗੈਸਟ ਸੀ ਮੇਰੇ ਖਿਆਲ ਕੈਨੇਡਾ ਦੇ ਵਿੱਚ ਅਲਬਰਟਾ 'ਚ ਪਾਰਲੀਮੈਂਟਰੀ ਅਸਿਸਟੈਂਟ ਸਦੀ ਦਾ ਉਹ ਵੀ ਮੈਂ ਆਈ ਥਿੰਕ ਆਈ ਵਾਜ਼ ਦਾ ਯੰਗੈਸਟ ਇਨ ਕੈਨੇਡਾ ਐਂਡ ਮੁੜ ਕੇ ਜਦੋਂ ਫਿਰ ਮਿਨਿਸਟਰ ਬਣੇ ਯੰਗੈਸਟ ਮਿਨਿਸਟਰ ਸੀ ਕੈਨੇਡਾ ਦੇ ਵਿੱਚ ਕਾਫੀ ਤੁਸੀਂ ਅੱਛੇ ਰਿਕਾਰਡ ਬਣਾਏ ਆਪਣੀ ਕਮਿਊਨਿਟੀ ਦਾ ਤੇ ਤੁਸੀਂ ਉਹਨਾਂ ਸੈਕਿੰਡ ਟਾਈਮ ਤੁਸੀਂ ਐਮਐਲਏ ਬਣ ਕੇ ਗਏ ਸੀ ਸੈਕਿੰਡ ਟਾਈਮ ਜਦੋਂ ਤੁਸੀਂ ਮਤਲਬ ਪੋਲੀਟਿਕਸ ਨੂੰ ਜੁਆਇਨ ਕੀਤਾ ਅਤੇ ਜਿਹੜੀ ਤੁਸੀਂ ਪਾਰਟੀ ਨੂੰ ਚੂਜ਼ ਕੀਤਾ ਵੀ ਕਿਹੜੀ ਪਾਰਟੀ ਦੇ ਰਾਹੀਂ ਮੈਂ ਜਿਹੜਾ ਹੈ ਪੋਲੀਟਿਕਸ 'ਤੇ ਜਾਣਾ ਉਹ ਬਾਈ ਡਿਫੋਲਟ ਹੀ ਹੋ ਗਈ ਕਿ ਜਾਂ ਕੋਈ ਚੋਇਸ ਸੀ ਕਿ ਨਹੀਂ ਮੈਂ ਇਸੇ ਪਾਰਟੀ ਨੂੰ ਹੀ ਚੂਜ਼ ਕਰਨਾ ਨਹੀਂ ਬਾਈ ਡਿਫੋਲਟ ਨਹੀਂ ਐਕਚੁਲੀ ਜਿਵੇਂ ਦਾ ਤੁਸੀਂ ਪਹਿਲਾਂ ਕਿਸੇ ਨਾਲ ਕੰਮ ਕਰ ਰਹੇ ਸੀ ਬਿਹਾਈਂਡ ਦਾ ਸੀਨ ਤਾਂ ਵੀ ਬੰਦਾ ਉਹ ਇਹ ਜਿਹੜੀ ਪਾਰਟੀ ਆ ਸਾਡੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਇਹਨਾਂ ਦਾ ਜਿਹੜਾ ਫਾਊਂਡਰ ਆ ਅਤੇ ਪਹਿਲਾ ਲੀਡਰ ਸੀ ਉਹ ਪੀਟਰ ਲੋਹੀਡ ਚੇਂਜਸ ਬਣਾਓ ਜਾਂ ਤੁਸੀਂ ਬਾਹਰ ਖੜ ਕੇ ਜਿੰਨੀ ਮਰਜ਼ੀ ਖੱਪ ਆਈ ਜਾਓ ਕਹਿੰਦੇ ਸਾਡੇ ਨਾਲ ਜੁੜੋ ਐਂਡ ਸੋ ਉਹ ਮੈਨੂੰ ਅਪਰੋਚ ਬਹੁਤ ਵਧੀਆ ਲੱਗੀ ਅਤੇ ਡੌਨ ਗੈਟਰੀ ਨੇ ਕੁਛ ਬਹੁਤ ਹੀ ਵਧੀਆ ਸਟੈਂਡ ਆਪਣੀ ਕਮਿਊਨਿਟੀ ਲਏ ਸੀ ਬਹੁਤ ਹੀ ਜ਼ਬਰਦਸਤ ਸਟੈਂਡ ਗੁਰਦੁਆਰਾ ਸਾਹਿਬ ਬਣਾਉਣ 'ਚ ਪੀ ਸੀ ਪਾਰਟੀ ਦੇ ਐਮ ਐਲ ਏਜ਼ ਮਿਨਿਸਟਰ ਨੇ ਬਹੁਤ ਸਪੋਰਟ ਕੀਤੀ ਹੋਰ ਪਾਰਟੀ ਦੇ ਜਿਹੜੇ ਐਗਜੈਕਟਿਵ ਮੈਂਬਰ ਸੀ ਉਹਨਾਂ ਨੇ ਬਹੁਤ ਸਪੋਰਟ ਕੀਤੀ ਐਂਡ ਪਾਰਟੀ ਦੇ ਜਿਹੜੇ ਅਸੂਲ ਆ ਉਹ ਬੜੇ ਓਪਨ ਅਸੂਲ ਆ ਠੀਕ ਹੈ ਪਾਰਟੀ ਜਦੋਂ ਪਾਰਟੀ ਪੀ ਸੀ ਪਾਰਟੀ ਪਹਿਲੀ ਵਾਰੀ ਇਲੈਕਟ ਹੋਈ ਸੀ ਉਹਨਾਂ ਦਾ ਸਭ ਤੋਂ ਪਹਿਲਾ ਬਿੱਲ ਅਲਬਰਟਾ ਬਿੱਲ ਆਫ ਰਾਈਟਸ ਸੀਗਾ ਸੋ ਸਿਟੀਜ਼ਨਸ ਨੂੰ ਰਾਈਟਸ ਦੇਣੀ ਐਂਡ ਸੋ ਇਹ ਇੱਕ ਬਹੁਤ ਬੈਲੈਂਸਡ ਪਾਰਟੀ ਆ ਕੋਈ ਇੱਧਰ ਨੂੰ ਨਹੀਂ ਵਾਲੀ ਨਾ ਇੱਧਰ ਨੂੰ ਆ ਬੈਲੈਂਸ ਰੱਖਦੀ ਆ ਸਾਰਿਆਂ ਦਾ ਇੱਕ ਤਰ੍ਹਾਂ ਦਾ ਖਿਆਲ ਰੱਖਣ ਵਾਲੀ ਪਾਰਟੀ ਹੈਗੀ ਇਸ ਕਰਕੇ ਮੇਰੇ ਖਿਆਲ ਤਕਰੀਬਨ ਕਿੰਨੇ ਕਾਫੀ ਲੰਬੇ ਸਮੇਂ ਤੋਂ ਪੀ ਸੀ ਦਾ ਹੀ ਚੱਲ ਰਿਹਾ ਹੈਗਾ ਹਾਂਜੀ ਕਾਫੀ ਲੰਬੇ ਸਮੇਂ 40-45 ਸਾਲ ਹੋ ਗਏ ਕਿੰਨੇ ਹਾਂਜੀ 40-45 ਸਾਲ ਹੋ ਗਏ ਆ ਪਰ ਉਹਦੇ ਵਿੱਚ ਜਦੋਂ ਸਮਾਂ ਬਦਲ ਜਾਂਦਾ ਅਤੇ ਪਾਰਟੀ ਦੇ ਆਈ ਮੀਨ ਕਈ ਲੀਡਰਸ ਆਉਂਦੇ ਆ ਅਤੇ ਹਰੇਕ ਲੀਡਰ ਦੀ ਆਪਣੀ ਆਪਣੀ ਪਛਾਣ ਆ ਪੂਰੀ ਉਹ ਕੋਈ ਪੂਰੀ ਵਨ ਟਰੈਕ ਮਾਇੰਡ ਨਹੀਂ ਰੱਖਦੇ ਮੇਰੀ ਯੂ ਨੋ ਸੋਚਣੀ ਆ ਵੀ ਜੇ ਤੁਸੀਂ ਪੋਲੀਟਿਕਸ ਦੇ ਵਿੱਚ ਆਈਡੀਓਲੋਜੀਕਲ ਸੋਚ ਲੈ ਕੇ ਚੱਲਦੇ ਆ ਵੀ ਮੈਂ ਫਲਾਨੀ ਸੋਚਦਾ ਮੈਂ ਫਲਾਨੀ ਸੋਚਦਾ ਦੈਨ ਲੋਕਾਂ ਦੀਆਂ ਪ੍ਰੋਬਲਮਸ ਨਹੀਂ ਸੋਲਵ ਹੁੰਦੀਆਂ ਇਨਸਟੈਡ ਤੁਸੀਂ ਲੋਕਾਂ ਦਾ ਸੋਚੋ ਵੀ ਲੋਕਾਂ ਨੂੰ ਸਮਝੋ ਵੀ ਉਹਨਾਂ ਨੂੰ ਕੀ ਚਾਹੀਦਾ ਐਗਜੈਕਟਲੀ ਮੇਨ ਸਟ੍ਰੀਮ ਜਿਹੜੇ ਐਵਰੇਜ ਲੋਕੀ ਆ ਉਹਨਾਂ ਦਾ ਸਮਝੋ ਉਹਨਾਂ ਦਾ ਦੇਖੋ ਵੀ ਉਹਨਾਂ ਨੂੰ ਕਿਸ ਚੀਜ਼ ਦੀ ਲੋੜ ਆ ਹੁਣ ਜਦੋਂ ਤੁਸੀਂ ਪੋਲੀਟਿਕਸ ਨੂੰ ਜੁਆਇਨ ਵੀ ਕਰ ਲਿਆ ਪੋਲੀਟਿਕਸ ਵਿੱਚ ਤੁਸੀਂ ਇੱਕ ਖਾਸ ਪੋਜੀਸ਼ਨ 'ਤੇ ਆ ਗਏ ਕਿਉਂਕਿ ਵੀ ਐਮ ਐਲ ਏ ਜਿਹੜਾ ਹੈਗਾ ਸਿਲੈਕਟ ਹੋਣਾ ਵੀ ਇੱਕ ਮੈਨੇ ਰਖਾਉਂਦਾ ਆਪਣੇ
ਉਦੋਂ ਫਿਰ ਤੁਹਾਨੂੰ ਕੀ ਚੈਲੰਜਸ ਆਏ ਵੀ ਲਓ ਜੀ ਮਨਮੀਤ ਜੀ ਹੁਣ ਤਾਂ ਤੁਸੀਂ MLA ਤਾਂ ਬਣ ਗਏ ਅਤੇ ਹੁਣ ਕੁਛ ਕਰਕੇ ਦਿਖਾਉਣਾ, ਕਿਉਂਕਿ ਮੈਂ ਤੁਹਾਡੇ ਕਮਿਊਨਿਟੀ ਦੇ ਵਿੱਚ ਵੀ ਤੁਹਾਨੂੰ ਵਿਚਰਦਿਆਂ ਦੇਖਦਾ, ਤੁਹਾਨੂੰ ਸਟੇਜਾਂ 'ਤੇ ਵੀ ਬੋਲਦਿਆਂ ਦੇਖਦੇ ਹਾਂ, ਤੁਸੀਂ ਥੋੜ੍ਹੇ ਜਿਹੇ ਜਿਵੇਂ ਕਹਿ ਲਓ ਕਿ ਆਊਟ ਸਪੋਕਨ ਹੈਗੇ, ਸਿੱਧੇ ਮੂੰਹ 'ਤੇ ਗੱਲ ਕਰਨ ਵਾਲੇ ਹੈਗੇ ਹੋ, ਔਰ ਜਿਹੜੇ ਇਸ਼ੂਜ਼ ਹੁੰਦੇ ਨੇ ਉਹਨਾਂ 'ਤੇ ਤੁਸੀਂ ਕਲੀਅਰ ਕੱਟ ਆਪਣੇ ਵਿਊਜ਼ ਰੱਖਦੇ ਹੈਗੇ ਹੋ, ਨਹੀਂ ਤਾਂ ਅੱਜ ਕੱਲ੍ਹ ਡਿਪਲੋਮੇਸੀ ਦਾ ਚੱਲਦਾ ਵੀ ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਹੈਗਾ, ਅਤੇ ਇਸ ਤਰ੍ਹਾਂ ਦੇ ਵੀ ਫਿਰ ਚੈਲੇਂਜਸ ਨੂੰ ਲੈ ਕੇ ਕਿਸ ਤਰ੍ਹਾਂ ਫਿਰ ਤੁਸੀਂ ਆਪਣੀ ਕਾਮਯਾਬੀ ਵੱਲ ਨੂੰ ਗਾਂਹ ਵਧੇ ਪੋਲੀਟਿਕਸ ਦੇ ਵਿੱਚ, ਕੀ ਸੋਚ ਲੈ ਕੇ ਵੀ ਮੈਂ ਜੀ ਆਪਣੇ ਨਿਸ਼ਾਨੇ 'ਤੇ ਸਿੱਧਾ ਰੱਖਣਾ ਹੈਗਾ, ਲੋਕ ਭਾਵੇਂ ਬੁਰਾ ਮਨਾਉਣ ਜਾਂ ਚੰਗਾ ਮਨਾਉਣ? ਇਹ ਤਾਂ ਲੋਕ ਇਹ ਇੱਕ ਰੱਬ ਅੱਗੇ ਇੱਕ ਅਰਦਾਸ ਹੁੰਦੀ ਆ ਵੀ ਸੱਚੇ ਪਾਤਸ਼ਾਹ ਮੈਨੂੰ ਹਮੇਸ਼ਾ ਜਿਹੜੇ ਮੇਰੇ ਮਨ ਦੇ ਵਿੱਚ ਮੈਨੂੰ ਸੱਚਾਈ ਲੱਗਦੀ ਆ, ਮੈਂ ਸੱਚਾਈ ਦੇ ਨਾਲ ਹਮੇਸ਼ਾ ਜੁੜੇ ਰਹਾਂ, ਇਹਦਾ ਇੱਕ ਅਰਦਾਸ ਆ, ਇਹ ਸਟੇਟਮੈਂਟ ਨਹੀਂ ਵੀ ਮੈਂ ਹਮੇਸ਼ਾ, ਬਿਕਾਜ਼ ਇਹ ਤਾਂ ਅਸੀਂ ਮਨਮੁੱਖ ਬੰਦੇ ਹਾਂ, ਸੋ ਇਹ ਤਾਂ ਰੱਬ ਅੱਗੇ ਅਰਦਾਸ ਆ। ਬਟ ਲੋਕ ਪੋਲੀਟਿਕਸ ਦੇ ਵਿੱਚ ਜੇ ਤੁਸੀਂ ਆਪਣੀ ਆਈਡੈਂਟੀ ਗਵਾ ਦਿੱਤੀ, ਜੇ ਤੁਸੀਂ ਸਿਰਫ ਆਪਣੀ ਪੋਜੀਸ਼ਨ ਬਾਰੇ ਸੋਚਦੇ ਰਹੇ ਜਾਂ ਆਪਣੀ ਪਾਰਟੀ ਦਾ ਸੋਚਦੇ ਰਹੇ, ਦੈਨ ਤੁਸੀਂ ਆਪਣੇ ਆਪ ਨੂੰ ਗਵਾ ਲੈਣਾ, ਅਤੇ ਫਿਰ ਬੰਦਾ ਜਿਹੜਾ ਇੱਦਾਂ ਕਰਨ ਲੱਗ ਜਾਂਦਾ ਉਹਦੀ ਫਿਰ ਆਈਡੈਂਟੀ ਸਿਰਫ ਐਜ਼ ਅ ਪੋਲੀਟੀਸ਼ੀਅਨ ਰਹਿੰਦੀ ਆ, ਮੈਂ MLA ਹਾਂ, ਮੈਂ MLA ਰਹਿਣਾ। ਪਰ ਮੈਂ ਹਮੇਸ਼ਾ ਫੋਕਸ ਰੱਖਿਆ ਵੀ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਮਨਮੀਤ ਸਿੰਘ ਹਾਂ ਅਤੇ ਮੈਂ ਮਨਮੀਤ ਸਿੰਘ ਰਹਿਣਾ। ਬਿਲਕੁਲ, ਮੈਂ ਕੋਈ ਸਾਹਿਬ ਨਹੀਂ, ਕੋਈ ਸਰ ਨਹੀਂ, ਨਾ ਯੂਨੋ, ਮੈਂ ਮਨਮੀਤ ਸਿੰਘ ਰਹਿਣਾ ਅੱਜ ਵੀ ਅਤੇ ਗਾਂ ਵੀ। ਐਂਡ ਸੋ ਮੇਰਾ ਨੰਬਰ ਵਨ ਪ੍ਰਾਇਓਰਟੀ ਇਹੀ ਆ ਵੀ ਜਿਹੜੀ ਮੈਨੂੰ ਸੱਚਾਈ ਲੱਗਦੀ ਹੈ ਮੈਂ ਸੱਚਾਈ ਨਾਲ ਜੁੜੇ ਰਹਾਂ, ਠੀਕ ਹੈ? ਦੈਟਸ ਨੰਬਰ ਵਨ। ਪਾਰਟੀ ਪੋਲੀਟਿਕਸ ਇਹ ਸਾਰੀਆਂ ਬਾਹਰ ਦੀਆਂ ਗੱਲਾਂ, ਇਹ ਤਾਂ ਪੋਲੀਟਿਕਸ ਤਾਂ ਕੀ ਪਤਾ ਜਿਹੜੀ ਗੱਲ ਆਪਣੇ ਮਨ ਨੂੰ ਕਹਿੰਦਾ ਮਤਲਬ ਚੰਗੀ ਨਹੀਂ ਲੱਗ ਰਹੀ, ਤੁਸੀਂ ਉਹ ਕਹਿ ਰਹੇ ਹੈਗੇ ਹੋ ਜਾਂ ਜਿਹੜੀ ਕਹਿ ਨੂੰ ਦਿਲ ਕਰ ਰਿਹਾ ਤੁਸੀਂ ਉਹਨੂੰ ਰੋਕ ਰਹੇ ਹੈਗੇ, ਦੈਟ ਮੀਨਸ ਯੂ ਆਰ ਨਾਟ ਜਸਟੀਫਾਈਂਗ ਯੂਅਰ ਸੈਲਫ। ਤੁਹਾਨੂੰ ਪਤਾ ਵੀ ਯਾਰ ਮਨਮੀਤ ਸਿੰਘ ਤੇਰੇ ਮਨ 'ਚ ਕੁਛ ਗੱਲ ਹੋ ਰਿਹਾ, ਕਿਆ ਕੁਛ ਹੋ ਰਿਹਾ, ਐਬਸੋਲੂਟਲੀ ਫੀਲ ਗਿਲਟੀ, ਯੂ ਡੂ ਫੀਲ ਗਿਲਟੀ, ਐਂਡ ਫਿਰ ਤੁਸੀਂ ਉਹ ਸਹੀ ਨਹੀਂ ਰਹਿੰਦੇ। ਫਿਰ ਜਿਹੜੀ ਸੱਚਾਈ ਆਪਾਂ ਨੂੰ ਰੱਬ ਨੇ, ਮਹਾਰਾਜ ਨੇ ਕਿਹਾ ਵੀ ਯੂਨੋ ਸੱਚ ਨਾਲ ਜੁੜੋ, ਐਂਡ ਜੇ ਤੁਸੀਂ ਆਪਣੇ ਅੰਦਰਲੀ ਸੱਚ ਨਾਲ ਨਹੀਂ ਜੋੜ ਸਕਦੇ ਤਾਂ ਕੀ ਕਰ ਸਕਦੇ ਹਾਂ? ਅਤੇ ਅਗੇਨ ਮੈਂ ਕੋਈ ਯੂਨੋ, ਮੈਂ ਚਲੋ ਕੋਸ਼ਿਸ਼ ਤਾਂ ਕੀਤੀ ਜਾ ਸਕਦੀ, ਬਾਕੀ ਤਾਂ ਬੰਦਾ ਔਗਨਾਂ ਦਾ ਭਰਿਆ ਹੁੰਦਾ ਹੈਗਾ, ਅਤੇ ਪਰ ਜਿਹੜੀ ਜ਼ਿੰਮੇਵਾਰੀ ਬੰਦੇ ਨੂੰ ਦਿੱਤੀ ਗਈ ਹੈਗੀ ਆ, ਜੇ ਮੰਨ ਲਓ ਤੁਹਾਡੇ ਹੱਥ 'ਚ ਮਾਈਕ ਹੈਗਾ ਤਾਂ ਤੁਹਾਡੀ ਜ਼ਰੂਰਤ ਹੋਣੀ ਚਾਹੀਦੀ ਹੈ ਕਿ ਤੁਸੀਂ ਸੱਚ ਬੋਲ ਪਾਓ, ਤੁਸੀਂ ਉਹਨਾਂ ਨਾਲ ਨਿਆਂ ਕਰੋ ਪੂਰਾ ਜਿਹੜੀ ਤੁਹਾਨੂੰ ਪੋਜੀਸ਼ਨ ਦਿੱਤੀ ਗਈ। ਅਤੇ ਹੁਣ ਵੀ ਮੈਂ ਕੁਛ ਡਿਸੀਜਨਸ ਲਈਆਂ ਆਪਣੀ ਮਿਨਿਸਟਰੀ ਦੇ ਵਿੱਚ ਜਿਹੜੀਆਂ ਅੱਗੇ ਕਦੀ ਨਹੀਂ ਲਈਆਂ ਕਿਸੇ ਨੇ, ਉਹੀ ਮੈਂ ਗੱਲ ਕਰ ਲਾਂਗਾ ਜਿਵੇਂ ਤੁਸੀਂ ਹੁਣ ਐਜ ਏ ਮਤਲਬ ਪੋਲੀਟੀਸ਼ੀਅਨ ਤੋਂ ਮਿਨਿਸਟਰ ਬਣ ਗਏ ਤੁਸੀਂ, ਅਤੇ ਤੁਸੀਂ ਮਤਲਬ ਜੋ ਮਨ 'ਚ ਸੋਚਿਆ ਸੀ ਕਿ ਮੈਂ ਇਹ ਕੰਮ ਕਰਾਂਗਾ, ਅਤੇ ਕੀ ਉਹ ਤੁਸੀਂ ਉਹਦੇ 'ਤੇ ਜਿਹੜਾ ਹੈਗਾ ਵੀ ਕਿੰਨਾ ਕੁ ਕੰਮ ਕਰ ਪਾਏ ਜਾਂ ਕਿੰਨਾ ਕੁ ਅਜੇ ਤੱਕ ਬਕਾਇਆ ਵੀ ਜਿਹੜੀਆਂ ਚੀਜ਼ਾਂ ਤੁਸੀਂ ਕਮਿਊਨਿਟੀ ਵਾਸਤੇ ਕਰਨਾ ਚਾਹੁੰਦੇ ਸੀ? ਕਮਿਊਨਿਟੀ ਦਾ ਮਤਲਬ ਇਹ ਹੀ ਹੈ ਕਿ ਸਿੱਖ ਕਮਿਊਨਿਟੀ ਜਾਂ ਪੰਜਾਬੀ ਕਮਿਊਨਿਟੀ ਜੋ ਇਹਨਾਂ ਨੇ ਵੀ ਤੁਹਾਨੂੰ ਮਤਲਬ ਇਲੈਕਟ ਕਰਕੇ ਭੇਜਿਆ ਹੈਗਾ ਤੁਹਾਡੇ ਤੋਂ? ਸੋ ਮੈਂ ਇੱਕ ਤਾਂ ਪਹਿਲੇ ਟਰਮ ਦੇ ਵਿੱਚ ਮੇਰੀ ਇੱਕ ਆਸ ਸੀ ਵੀ ਮਾਊਂਟ ਰੋਇਲ ਕਾਲਜ ਨੂੰ ਯੂਨੀਵਰਸਿਟੀ ਬਣਾਉਣਾ। ਹਾਂਜੀ, ਐਂਡ ਉਹ ਆਈ ਐਮ ਵੈਰੀ ਲੱਕੀ, ਮੈਂ ਪਹਿਲੇ ਟਰਮ ਦੇ ਵਿੱਚ ਹੀ ਬਿੱਲ ਪਾਸ ਕਰ ਦਿੱਤਾ ਅਤੇ ਮਾਊਂਟ ਰੋਇਲ ਕਾਲਜ ਨੂੰ ਯੂਨੀਵਰਸਿਟੀ ਬਣਾ ਦਿੱਤਾ, ਉਹ ਕੈਲਗਰੀ ਦੇ ਵਿੱਚ ਹੀ। ਹਾਂਜੀ, ਐਂਡ ਐਡਮਿੰਟਨ ਦੇ ਵਿੱਚ ਗ੍ਰੈਂਟ ਮੈਕਿਊਨ ਯੂਨੀਵਰਸਿਟੀ ਬਣ ਗਈ ਹੈ। ਠੀਕ ਹੈ, ਸੋ ਇਹ ਦੋ ਯੂਨੀਵਰਸਿਟੀਜ਼ ਬਣਾਤੀਆਂ, ਇਹ ਮੇਰੀ ਇੱਕ ਇੱਕ ਗੋਲ ਏਜੰਡੇ ਦੇ ਵਿੱਚ ਸੀ। ਨੰਬਰ ਦੋ ਗੋਲ ਸੀ ਵੀ ਫੰਡਿੰਗ ਦਵਾਉਣੀ ਆ ਨੌਰਥ ਈਸਟ ਦੇ ਵਿੱਚ, ਨੌਰਥ ਈਸਟ ਦੇ ਵਿੱਚ ਠੋਕੇ ਪ੍ਰੋਵਿੰਸ਼ਲ ਗਵਰਨਮੈਂਟ ਵੱਲੋਂ ਫੰਡਿੰਗ। ਸੋ ਜੈਨਸਿਸ ਸੈਂਟਰ ਹੋ ਗਿਆ, ਇੱਥੇ ਬਹੁਤ ਪ੍ਰੋਵਿੰਸ਼ਲ ਡਾਲਰਸ ਆ ਜੈਨਸਿਸ ਸੈਂਟਰ 'ਚ, ਹੋਰ ਈਵਨ ਆਪਣੇ ਕਮਿਊਨਿਟੀ ਦੇ ਕਈ ਔਰਗਨਾਈਜੇਸ਼ਨਸ ਨੂੰ ਫੰਡਿੰਗ ਦਵਾਈ ਆ, ਸੀਨੀਅਰ ਔਰਗਨਾਈਜੇਸ਼ਨਸ ਹੋਣ, ਹੋਰ ਕਈ ਔਰਗਨਾਈਜੇਸ਼ਨਸ ਨੂੰ ਫੰਡਿੰਗ ਦਵਾਈ ਆ। ਸੋ ਫੰਡਿੰਗ ਇਨ ਟੂ ਦਾ ਨੌਰਥ ਈਸਟ, ਇਹ ਬਹੁਤ ਜ਼ਰੂਰੀ ਮੇਰਾ ਇੱਕ ਗੋਲ ਸੀਗਾ। ਮੇਰਾ ਤੀਜਾ ਗੋਲ ਸੀ ਪਹਿਲੇ ਟਰਮ ਦੇ ਵਿੱਚ ਵੀ ਅਲਬਰਟਾ ਅਤੇ ਪੰਜਾਬ ਦਾ ਕੋਈ ਨਾ ਕੋਈ ਲਿੰਕੇਜ ਬਣਾਉਣਾ, ਐਂਡ ਉਸ ਵੇਲੇ ਤਾਂ ਮੈਂ ਬਹੁਤ ਛੋਟਾ ਗੋਲ ਰੱਖਿਆ ਸੀ, ਮੈਂ ਕਿਹਾ ਵੀ ਅਲਬਰਟਾ ਦੀ ਕੋਈ ਯੂਨੀਵਰਸਿਟੀ ਦਾ ਕਾਲਜ ਅਤੇ ਪੰਜਾਬ ਦੇ ਕੋਈ ਯੂਨੀਵਰਸਿਟੀ ਐਂਡ ਕਾਲਜ ਦਾ ਲਿੰਕੇਜ ਬਣਾਉਣਾ। ਪਰ ਜਦੋਂ ਮੈਂ ਦੇਖਿਆ ਵੀ ਪੰਜਾਬ ਦੀ ਰੈਪੂਟੇਸ਼ਨ ਕੁਛ ਬਾਹਲੀ ਸਹੀ ਨਹੀਂ, ਕੁਛ ਬੰਦੇ ਜਾਣ ਕੇ ਪੰਜਾਬ ਨਾਲ ਕੰਮ ਕਰਕੇ ਰਾਜ਼ੀ ਨਹੀਂ, ਫਿਰ ਆਪਾਂ ਵੀ ਕਹਿ ਲਓ ਛਾਤੀ ਦੇ ਜ਼ੋਰ ਨਾਲ ਕਈ ਵਾਰੀ ਦਿਮਾਗ ਦਾ ਜ਼ੋਰ ਲਾਉਣਾ ਪੈਂਦਾ ਅਤੇ ਕਈ ਵਾਰੀ ਛਾਤੀ ਦਾ ਜ਼ੋਰ ਲਾਉਣਾ ਪੈਂਦਾ, ਅਸੀਂ ਕਿਹਾ ਵੀ ਹੁਣ ਪੰਜਾਬ ਨਾਲ
ਸਿਰਫ ਯੂਨੀਵਰਸਿਟੀ ਟੂ ਯੂਨੀਵਰਸਿਟੀ ਨਹੀਂ ਬਟ ਸਰਕਾਰੀ ਲੈਵਲ 'ਤੇ ਅਗਰੀਮੈਂਟ ਸਾਈਨ ਕਰਾਉਣੀ ਆ ਐਂਡ ਪਹਿਲੀ ਵਾਰੀ ਹਿਸਟਰੀ ਦੇ ਵਿੱਚ ਅਲਬਰਟਾ ਅਤੇ ਪੰਜਾਬ ਦੀ ਅਗਰੀਮੈਂਟ ਮੈਂ ਸਾਈਨ ਕਰਾ ਕੇ ਆਇਆ ਸੀ ਪ੍ਰੀਮੀਅਰ ਐਟ ਸਟੈਲਮੈਕ ਨਾਲ ਐਂਡ ਸੋ ਉਹ ਅਗਰੀਮੈਂਟ ਸਾਈਨ ਕੀਤੀ ਐਂਡ ਸੋ ਇਹ ਮੇਰੇ ਤਿੰਨ ਖਾਸ ਗੋਲ ਸੀਗੇ ਜਦੋਂ ਮੈਂ ਐਮ ਐਲ ਏ ਬਣਿਆ ਹੋਰ ਛੋਟੇ ਛੋਟੇ ਬਹੁਤ ਗੋਲ ਆ ਕਈ ਸੋਸ਼ਲ ਇਸ਼ੂਜ਼ 'ਤੇ ਮੈਂ ਬਹੁਤ ਐਕਟਿਵਿਸਟ ਤਰ੍ਹਾਂ ਨਾਲ ਕੰਮ ਕਰਦੇ ਤੁਸੀਂ ਬੱਚਿਆਂ ਨੂੰ ਲੈ ਕੇ ਵੀ ਮੈਂ ਦੇਖਿਆ ਗਿਆ ਕਿ ਕਾਫੀ ਚਿੰਤਿਤ ਵੀ ਰਹਿੰਦੇ ਔਰ ਉਹਨਾਂ ਦੇ ਜਿਹੜੇ ਵੈਲਫੇਅਰ ਵਾਸਤੇ ਵੀ ਬੱਚਿਆਂ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਧੱਕਾ ਨਾ ਹੋਵੇ ਅਤੇ ਉਹਦੇ 'ਤੇ ਵੀ ਥੋੜ੍ਹਾ ਚਾਨਣਾ ਪਾਓ ਕਿ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਬੱਚਿਆਂ ਨੂੰ ਤੁਸੀਂ ਸਮਝਦੇ ਵੀ ਪੇਸ਼ ਆਉਂਦੀਆਂ ਅਤੇ ਕਿਸ ਤਰ੍ਹਾਂ ਉਹਨਾਂ ਨੂੰ ਜਿਹੜਾ ਹੈਗਾ ਬਚਾਉਣ ਦਾ ਜਿਹੜੇ ਹੈਗੇ ਨੇ ਸਾਧਨ ਗੌਰਮੈਂਟ ਵੱਲੋਂ ਜਿਹੜੇ ਕੀਤੇ ਜਾਂਦੇ ਹੈਗੇ ਉਪਰਾਲੇ ਲੋਕ ਇਹ ਇਹਦੇ ਵਿੱਚ ਖਾਸ ਕਰਕੇ ਜਿਹੜੀ ਮੇਰੀ ਹੁਣ ਡਿਪਾਰਟਮੈਂਟ ਆ ਇਹਦੇ ਵਿੱਚ ਐਕਚੁਲੀ ਮੈਂ ਇੱਕ ਹੋਰ ਮਾੜੀ ਜਿਹੀ ਗੱਲ ਕਰ ਦਿੰਦਾ ਮੈਂ ਇੱਕ ਪਿਛਲੀ ਇਲੈਕਸ਼ਨ ਦੇ ਵਿੱਚ 12 ਦੀ ਇਲੈਕਸ਼ਨ 'ਚ ਮੈਂ ਇੱਕ ਮੇਰਾ ਬਹੁਤ ਵੱਡਾ ਫੋਕਸ ਸੀ ਵੀ ਨੌਰਥ ਈਸਟ ਦੇ ਵਿੱਚ ਹਾਈ ਸਕੂਲ ਨਵਾਂ ਬਣਨਾ ਚਾਹੀਦਾ ਸ਼ੁਰੂ ਹੋ ਗਿਆ ਉਹ ਵੀ ਸ਼ੁਰੂ ਹੋ ਗਿਆ ਅਤੇ ਉਹ ਵੀ ਅਸੀਂ ਕਹਿ ਦਿੱਤਾ ਬਣਾਉਣਾ ਐਂਡ ਯੂਨੋ ਕਈ ਵਾਰੀ ਐਨੀਵੇਜ ਬਾਟਮ ਲਾਈਨ ਇਜ਼ ਵੀ ਨੌਰਥ ਈਸਟ ਦੇ ਵਿੱਚ ਮੈਂ ਚਾਹੁੰਦਾ ਸੀ ਵੀ ਨੌਰਥ ਈਸਟ ਦੇ ਵਿੱਚ ਚਾਹੀਦਾ ਨੌਰਥ ਈਸਟ ਨੂੰ ਹਮੇਸ਼ਾ ਯੂਨੋ ਸਟਰੋਂਗ ਕਈ ਵਾਰੀ ਐਡਵੋਕੇਟਸ ਨਹੀਂ ਮਿਲਦੇ ਬਟ ਇਸ ਚੀਜ਼ 'ਤੇ ਮੈਂ ਖੜ ਗਿਆ ਸੀ ਵੀ ਇੱਥੇ ਚਾਹੀਦਾ ਜੀ ਸਾਨੂੰ ਸਕੂਲ ਅਤੇ ਇੱਥੇ ਲੈਣਾ ਸੋ ਇਹ ਇੱਕ ਬਹੁਤ ਵੱਡਾ ਗੋਲ ਅਤੇ ਹੁਣ ਪੰਜਾਬ ਨਾਲ ਦੋ ਹੋਰ ਅਗਰੀਮੈਂਟਸ ਵੀ ਸਾਈਨ ਕਰਤੀਆਂ ਮੈਂ ਆਪਣੀ ਸਰਵਿਸ ਅਲਬਰਟਾ ਡਿਪਾਰਟਮੈਂਟ ਦੇ ਵਿੱਚ ਕਿ ਕੁਛ ਬਹੁਤ ਨਵੇਂ ਉਪਰਾਲੇ ਸ਼ੁਰੂ ਕੀਤੇ ਕੈਨੇਡਾ ਦੇ ਵਿੱਚ ਸਭ ਤੋਂ ਪਹਿਲੀ ਸਰਕਾਰ ਸਾਡੀ ਐਂਡ ਮੈਂ ਐਜ ਦ ਮਿਨਿਸਟਰ ਆਫ ਸਰਵਿਸ ਆਫ ਬੜਾ ਇੱਕ ਮੈਂ ਸ਼ੁਰੂ ਕੀਤਾ ਵੀ ਸਾਡੇ ਜਿਹੜੇ ਵੀ ਖਰਚੇ ਆ ਖਾਣ ਪੀਣ ਦੇ ਐਜ ਮਿਨਿਸਟਰ ਟਰੈਵਲ ਦੇ ਉਹ ਸਾਰੇ ਖਰਚੇ ਐਂਡ ਰਸੀਟਸ ਉਹ ਰਸੀਦਾਂ ਦੀ ਕਾਪੀਜ਼ ਇੰਟਰਨੈਟ 'ਤੇ ਪਾਈਆਂ ਗਈਆਂ ਇਹ ਜਿਹੜੀ ਪਾਵਰ ਆ ਇਹ ਲੋਕਾਂ ਦੀ ਪਾਵਰ ਆ ਇਹ ਸਰਕਾਰਾਂ ਦੀ ਨਹੀਂ ਪਾਵਰ ਐਂਡ ਸੋ ਮੇਰੀ ਸੋਚਣੀ ਆ ਵੀ ਲੋਕਾਂ ਨੂੰ ਪਾਵਰ ਤੁਸੀਂ ਕਿਸ ਤਰ੍ਹਾਂ ਤਰੀਕੇ ਨਾਲ ਦੇ ਸਕਦੇ ਆ ਇਨਫੋਰਮੇਸ਼ਨ ਰਾਹੀਂ ਐਂਡ ਸੋ ਮੈਨੂੰ ਕਈ ਕਹਿ ਰਹੇ ਸੀ ਕਿ ਯਾਰ ਤੂੰ ਆਪਣੀ ਸਰਕਾਰ ਨਾਲ ਹੀ ਕੁਛ ਕਰ ਰਿਹਾ ਮੈਂ ਕਿਹਾ ਇਹ ਤਾਂ ਪ੍ਰਿੰਸੀਪਲ ਆ ਵੀ ਲੋਕਾਂ ਨੂੰ ਪਾਵਰ ਦਿਓ ਲੋਕਾਂ ਦੇ ਹੱਥਾਂ ਦੇ ਵਿੱਚ ਪਾਵਰ ਦਿਓ ਐਂਡ ਸੋ ਇਹ ਇੱਕ ਆਈ ਐਮ ਵੈਰੀ ਪ੍ਰਾਊਡ ਆਫ ਦੈਟ ਅਚੀਵਮੈਂਟ ਹੋਰ ਓਪਨ ਡੇਟਾ ਪੋਰਟਲ ਸਾਡੇ ਸਰਕਾਰ ਦਾ ਓਪਨ ਗਵਰਨਮੈਂਟ ਸਟ੍ਰੈਟਜੀ ਗਵਰਨਮੈਂਟ ਦੀ ਜਿਹਦੇ ਵਿੱਚ ਇਹ ਫੋਕਸ ਆ ਵੀ ਗਵਰਨਮੈਂਟ ਦੀ ਜਿਹੜੀ ਇਨਫੋਰਮੇਸ਼ਨ ਅਤੇ ਡੇਟਾ ਵਾ ਉਹ ਪਬਲਿਕ ਤੱਕ ਪਹੁੰਚਾਓ ਪਬਲਿਕ ਉਹ ਇਨਫੋਰਮੇਸ਼ਨ ਡੇਟਾ ਤਾਂ ਕਿ ਪਬਲਿਕ ਨੂੰ ਕੋਈ ਓਲਾ ਰਵੇ ਹੀ ਨਾ ਉਹਦੇ ਮਨ 'ਚ ਸ਼ੱਕ ਹੀ ਨਾ ਕੋਈ ਆਵੇ ਵੀ ਇਹ ਪਤਾ ਨਹੀਂ ਕੀ ਕਰੀ ਜਾਂਦੇ ਐਗਜੈਕਟਲੀ ਪਬਲਿਕ ਫਿਰ ਦੇਖ ਕੇ ਕਹਿ ਸਕੇ ਵੀ ਯਾਰ ਆਹ ਤੁਹਾਡਾ ਕੰਮ ਸਹੀ ਨਹੀਂ ਮਿਲਣਾ ਇਹ ਪਬਲਿਕ ਦਾ ਹੱਕ ਆ ਈਵਨ ਇੰਡੀਆ ਦੇ ਵਿੱਚ ਹੁਣ ਰਾਈਟ ਟੂ ਇਨਫੋਰਮੇਸ਼ਨ ਐਕਟ ਜਿਹੜੀ ਆ ਉਹਦਾ ਬੜਾ ਟ੍ਰਾਂਸਫਰਮੇਸ਼ਨ ਆਇਆ ਇੰਡੀਆ 'ਚ ਉਸ ਕਰਕੇ ਸੋ ਇਹ ਜਿਹੜੀਆਂ ਲੈਜਿਸਲੇਸ਼ਨ ਆ ਇਹ ਪਾਵਰ ਨੂੰ ਸ਼ਿਫਟ ਕਰਦੀਆਂ ਸਰਕਾਰਾਂ ਤੋਂ ਲੈ ਕੇ ਪਾਵਰ ਅਤੇ ਫਿਰ ਆਮ ਬੰਦੇ ਨੂੰ ਪਾਵਰ ਦਿੰਦੀਆਂ ਅਤੇ ਇਹ ਅਚੀਵਮੈਂਟਸ ਜਿਵੇਂ ਤੁਸੀਂ ਦੱਸੀਆਂ ਕਿ ਅੱਧੇ ਸਾਲਾਂ ਦੇ ਵਿੱਚ ਜੇ ਅਗਰ ਮੈਂ ਇਸੇ ਤਰ੍ਹਾਂ ਜਿਵੇਂ ਤੁਹਾਨੂੰ ਮੌਕਾ ਮਿਲਦਾ ਰਹੇ ਲੋਕ ਜਿਹੜੇ ਹੈਗੇ ਨੇ ਦਿੰਦੇ ਅਤੇ ਉਹਦੇ ਕੀ ਮਨ ਦੇ ਵਿੱਚ ਹੈ ਕਿ ਮੈਂ ਹੋਰ ਕੀ ਜਿਹੜੇ ਹੈਗੇ ਨੇ ਕਿ ਆਉਂਦੇ ਜਾਂ ਕੱਲ੍ਹ 10 ਸਾਲਾਂ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਜ਼ਰੂਰੀ ਨੇ ਹਾਲੇ ਕੰਮ ਤਾਂ ਬਹੁਤ ਆ ਅਸੀਂ ਮੈਂ ਖੁਦ ਇਸ ਹਫ਼ਤੇ ਆਪਣੇ ਸਟਾਫ ਨੂੰ ਕਿਹਾ ਵੀ ਮੇਰੇ ਸਾਰੇ ਵੀ ਆਈਡੀਆਜ਼ ਤੋਂ ਹੀ ਲਿਖੋ ਅਤੇ ਕੁਛ 40-45 ਆਈਡੀਆਜ਼ ਇੱਕ ਏਰੀਏ ਦੇ ਵਿੱਚ ਹੀ ਹੋ ਗਏ ਆ ਚਾਈਲਡ ਇੰਟਰਵੈਂਸ਼ਨ ਸਿਸਟਮ ਜਿਹੜਾ ਉਹਦੇ ਵਿੱਚ ਬੜੇ ਚੇਂਜਸ ਲਿਆਉਣੇ ਆ ਮੈਂਟਰਿੰਗ ਪ੍ਰੋਗਰਾਮਸ ਮੈਂ ਯੂਥ ਦੇ ਸ਼ੁਰੂ ਕਰਨਾ ਚਾਹੁੰਦਾ ਠੀਕ ਹੈ ਹੋਰ ਸੋਸ਼ਲ ਇਸ਼ੂਜ਼ ਬਹੁਤ ਹੀ ਔਖੇ ਆ ਕਈ ਜਿਹਦੇ ਬਾਰੇ ਕੋਈ ਗੱਲ ਕਰਕੇ ਨਹੀਂ ਰਾਜੀ ਬਟ ਮੈਂ ਸ਼ੁਰੂ ਤੋਂ ਇਹਨਾਂ ਬਾਰੇ ਗੱਲ ਕਰਦਾ ਰਿਹਾ ਅਤੇ ਮੈਂ ਹੁਣ ਗਾਂਹ ਵੀ ਕਰੂੰਗਾ ਫੋਰ ਐਗਜ਼ਾਮਪਲ ਅਬਿਊਸ ਆਪਾਂ ਕੋਈ ਗੱਲ ਕਰਕੇ ਨਹੀਂ ਰਾਜੀ ਅਬਿਊਸ ਬਾਰੇ ਘਰਾਂ ਦੇ ਵਿੱਚ ਡੋਮੈਸਟਿਕ ਅਬਿਊਸ ਹੁੰਦਾ ਜਦੋਂ ਹਸਬੈਂਡ ਵਾਈਫ ਲੜਦੇ ਆ ਕੁੱਟਮਾਰ ਹੁੰਦੀ ਘਰਾਂ 'ਚ ਬੱਚਿਆਂ ਨੂੰ ਕੁੱਟਦੇ ਆ ਸੈਕਸ਼ੁਅਲ ਅਬਿਊਸ ਬਾਰੇ ਕੋਈ ਨਹੀਂ ਗੱਲ ਕਰਕੇ ਰਾਜੀ ਸੈਕਸ਼ੁਅਲ ਅਬਿਊਸ ਹੁੰਦਾ ਵਾ ਹਰੇਕ ਕਮਿਊਨਿਟੀ ਦੇ ਵਿੱਚ ਹੁੰਦਾ ਅੱਗੇ ਲੋਕ ਕਹਿ ਦਿੰਦੇ ਸੀ ਨਹੀਂ ਜੀ ਇਹ ਸਾਡੇ 'ਚ ਨਹੀਂ ਹੋ ਸਕਦਾ ਮੈਂ ਕਿਹਾ ਯਾਰ ਜੇ ਤੁਸੀਂ ਹਾਲੇ ਕਹੀ ਜਾਂਦੇ ਵੀ ਸਾਡੇ 'ਚ ਨਹੀਂ ਹੋ ਸਕਦਾ 10 ਪਹਿਲਾਂ ਤੁਸੀਂ ਕਹਿ ਰਹੇ ਸੀ ਵੀ ਸਾਡੇ 'ਚ ਡਰੱਗ ਅਬਿਊਸ ਨਹੀਂ ਹੁੰਦਾ ਹੁਣ ਪਤਾ ਲੱਗ ਗਿਆ ਵੀ ਡਰੱਗ ਅਬਿਊਸ ਕਿੰਨਾ ਹੁੰਦਾ ਡਰੱਗ ਅਬਿਊਸ ਸੈਕਸ਼ੁਅਲ ਹੋਣਾ ਜ਼ਿਆਦਾ ਜ਼ਰੂਰੀ ਹੈ ਬਹੁਤ ਜ਼ਰੂਰੀ ਆ ਸਿੰਘ ਸਾਹਿਬ ਇਹ ਜੇ ਆਪਾਂ ਅਵੇਅਰ ਹੋਈਏ ਤਾਂ ਪ੍ਰੀਵੈਂਟ ਕਰ ਸਕੀਏ ਐਂਡ ਸੋ ਨੰਬਰ 1 ਤਾਂ ਇਹਦੇ ਬਾਰੇ ਅਵੇਅਰਨੈਸ ਬਹੁਤ ਜ਼ਰੂਰੀ ਹੈ ਸੋ ਆਪਾਂ ਪ੍ਰੀਵੈਂਟ ਕਰ ਸਕੀਏ
ਨੰਬਰ 2 ਜਿਹੜੇ ਵਿਕਟਮਸ ਆ ਵਿਕਟਮਸ ਨੂੰ ਸਪੋਰਟ ਦਿਓ ਸੋ ਵਿਕਟਮਸ ਹੀਲ ਕਰ ਸਕਣ ਠੀਕ ਨਹੀਂ ਤਾਂ ਸਾਰੀ ਉਮਰ ਉਹਨਾਂ ਦੇ ਮਨ ਤੇ ਬੋਝ ਰਹਿੰਦਾ ਜਿਹੜੇ ਜਿਹੜੇ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਜਿਨ੍ਹਾਂ ਨਾਲ ਕੁੱਟਮਾਰ ਹੁੰਦੀ ਆ ਬਚਪਨ 'ਚ ਉਹਨਾਂ ਦੇ ਮਾਇੰਡ 'ਤੇ ਉਹਨਾਂ ਦੀ ਮੈਂਟਲ ਹੈਲਥ 'ਤੇ ਬਹੁਤ ਫਰਕ ਪੈ ਜਾਂਦਾ ਐਂਡ ਸੋ ਜੇ ਆਪਾਂ ਇਹਨਾਂ ਬਾਰੇ ਡਰਦੇ ਰਹੀਏ ਦੈਨ ਕੋਈ ਚੇਂਜ ਨਹੀਂ ਆ ਸਕਦੀ ਅਭੀ ਗੱਲ ਤਾਂ ਕਰਨੀ ਪਏਗੀ ਉਹਦੇ ਹੱਲ ਵੀ ਜਿਹੜੇ ਲੱਭਣੇ ਪੈਣਗੇ ਭੁੱਲਰ ਸਾਹਿਬ ਜਿਵੇਂ ਆਪਾਂ ਗੱਲ ਕਰੀਏ ਕਿ ਜਿਵੇਂ ਮੈਂ ਆਮ ਤੌਰ 'ਤੇ ਅਸੀਂ ਗੱਲ ਕਰਦੇ ਹੈਗੇ ਕਿ ਪੰਜਾਬੀ ਕਮਿਊਨਿਟੀ ਨੇ ਬੜੀ ਤਰੱਕੀ ਕਰ ਲਈ ਹੈਗੀ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਜਗ੍ਹਾ 'ਤੇ ਤੁਹਾਡੇ ਵਰਗੇ ਮਿਨਿਸਟਰ ਬਣ ਕੇ ਪਗੜੀ ਧਾਰੀ ਹੋ ਕੇ ਸਾਡੀ ਜਿਹੜੀ ਸ਼ਾਨ ਵਧਾਉਂਦੇ ਹੈਗੇ ਤੁਸੀਂ ਪਰ ਇੰਨਾ ਤੁਸੀਂ ਬਚਪਨ ਤੋਂ ਲੈ ਕੇ ਹੁਣ ਤੱਕ ਤੁਸੀਂ ਇੱਥੇ ਸਮਾਂ ਗੁਜ਼ਾਰਿਆ ਬਾਹਰ ਵਾਲੇ ਮਾਹੌਲ ਦੇ ਵਿੱਚ ਸਾਰਾ ਹੀ ਤੁਹਾਨੂੰ ਕੀ ਲੱਗਦਾ ਵੀ ਜਿਹੜੀ ਆਪਣੀ ਕਮਿਊਨਿਟੀ ਹੈ ਜਿਹੜੀ ਹੈ ਜੇ ਪੰਜਾਬੀ ਕਮਿਊਨਿਟੀ ਦੀ ਆਪਾਂ ਨੂੰ ਖਾਸ ਤੌਰ 'ਤੇ ਗੱਲ ਕਰ ਲੈਂਗੇ 2-4 ਮਿੰਟ ਵਾਸਤੇ ਵੀ ਇਹਨੇ ਕਿੰਨੀ ਕੁ ਤਰੱਕੀ ਕੀਤੀ ਹੈਗੀ ਹੈ ਤੁਹਾਡੇ ਹਿਸਾਬ ਨਾਲ ਜਾਂ ਸਹੀ ਕੀਤੀ ਹੈ ਗਲਤ ਕੀਤੀ ਹੈ ਸਹੀ ਡਾਇਰੈਕਸ਼ਨ 'ਚ ਜਾਂ ਕੀ ਕਿਸ ਤਰ੍ਹਾਂ ਜਿਹੜਾ ਹੋਰ ਵਧੀਆ ਤਰੀਕੇ ਨਾਲ ਜਿਹੜਾ ਔਰਗਨਾਈਜ਼ਡ ਵੇ ਨਾਲ ਜਿਹੜੀ ਤਰੱਕੀ ਜਿਹੜੀ ਹੈਗੀ ਕਰ ਸਕਦੇ ਹੈਗੇ ਬਹੁਤ ਵਧੀਆ ਸਵਾਲ ਆ ਮੈਂ ਤੁਹਾਨੂੰ ਓਨੈਸਟਲੀ ਦੱਸਦਾ ਵੀ ਮੈਂ ਆਪਣੇ ਮਨ ਦੀ ਸੱਚਾਈ ਦੱਸਾਂ ਅਤੇ ਮੈਂ ਕਹੂੰਗਾ ਵੀ ਅਸੀਂ ਇੰਡੀਵਿਜੁਅਲ ਤੌਰ 'ਤੇ ਬਹੁਤ ਤਰੱਕੀ ਕੀਤੀ ਆ ਕੋਈ ਕਮਿਊਨਿਟੀ ਦੇ ਵਿੱਚ ਇਨਸਾਨ ਆਉਂਦੇ ਆ ਜਿਹੜੇ ਕਮਿਊਨਿਟੀ ਨੂੰ ਬਦਲ ਦਿੰਦੇ ਆ ਕਮਿਊਨਿਟੀ ਦੀ ਤਰੱਕੀ ਕਰਦੇ ਆ ਸੋ ਹਰੇਕ ਸ਼ਹਿਰਾਂ 'ਚ ਤੁਸੀਂ ਦੇਖ ਲਓ ਜਿੱਥੇ ਗੁਰਦੁਆਰਾ ਸਾਹਿਬ ਬਣੇ ਆ ਕੁਛ 5-7 ਬੰਦੇ 10 ਬੰਦਿਆਂ ਨੇ ਬਣਾਏ ਆ ਕੋਈ ਆਪਣੇ ਕੋਲ ਮੇਜਰ ਔਰਗਨਾਈਜੇਸ਼ਨ ਹੈ ਨਹੀਂ ਕਿਸ ਨੇ ਇੰਡੀਆ 'ਚੋਂ ਕੋਈ ਔਰਗਨਾਈਜੇਸ਼ਨ ਹੈ ਨਹੀਂ ਜਿਨ੍ਹਾਂ ਨੇ ਪੈਸੇ ਭੇਜ ਕੇ ਗੁਰਦੁਆਰੇ ਬਣਾਏ ਨਥਿੰਗ ਇੰਡੀਵਿਜੁਅਲ ਤੌਰ 'ਤੇ ਤਰੱਕੀਆਂ ਹੋਈਆਂ ਲੋਕਾਂ ਨੇ ਕੁਰਬਾਨੀਆਂ ਕਰਕੇ ਆਪਣੇ ਜੇਬਾਂ 'ਚੋਂ ਡਾਲਰ ਪਾ ਕੇ ਮਿਹਨਤ ਕਰਕੇ ਦੋ ਸ਼ਿਫਟਾਂ ਲਾ ਕੇ ਸੋ ਇੰਡੀਵਿਜੁਅਲ ਤੌਰ 'ਤੇ ਆਪਾਂ ਬਹੁਤ ਤਰੱਕੀ ਕੀਤੀ ਆ ਹੁਣ ਵੀ ਇਕਨੋਮਿਕ ਪੱਖੋਂ ਡਾਲਰਸ ਪੱਖੋਂ ਬਿਜ਼ਨਸ ਵਿੱਚ ਬਹੁਤ ਤਰੱਕੀ ਹੋ ਰਹੀ ਹੈ ਬਟ ਕਲੈਕਟਿਵਲੀ ਤਰੱਕੀ ਨਹੀਂ ਹੋ ਰਹੀ ਆਪਣੀਆਂ ਜਿਹੜੀਆਂ ਸੰਸਥਾਵਾਂ ਔਰਗਨਾਈਜੇਸ਼ਨਸ ਆ ਕਿੱਥੇ ਤੱਕ ਪਹੁੰਚੀਆਂ ਆਪਾਂ ਬਾਹਰਲਿਆਂ ਨੂੰ ਕੀ ਕੁਛ ਸਿਖਾ ਸਕੇ ਜਾਂ ਦੱਸ ਸਕੇ ਹਾਂ ਆਪਣੇ ਬਾਰੇ ਨਥਿੰਗ ਜਿਹੜੇ ਸੋਸ਼ਲ ਇਸ਼ੂਜ਼ ਆ ਅਸੀਂ ਸੋਸ਼ਲ ਇਸ਼ੂਜ਼ 'ਤੇ ਕੀ ਕੀਤਾ ਕੁਛ ਨਹੀਂ ਸੋਸ਼ਲ ਇਸ਼ੂਜ਼ ਇੰਨੇ ਆ ਕਮਿਊਨਿਟੀਜ਼ ਦੇ ਵਿੱਚ ਮੇਰੇ ਵਰਗੇ ਲੀਡਰਸ ਆ ਕੇ ਹੈਲੋ ਸ਼ੈਲੋ ਕਰਕੇ ਤਾਂ ਗਾਂਹ ਜਾਂਦੇ ਆ ਪਰ ਸੋਸ਼ਲ ਇਸ਼ੂਜ਼ 'ਤੇ ਕਿੱਥੇ ਕੁ ਤੱਕ ਆਪਾਂ ਪਹੁੰਚੇ ਹਾਂ ਪੰਜਾਬ ਦੇਖ ਲਓ ਬਾਹਰ ਦੇਖ ਲਓ ਸੋਸ਼ਲ ਇਸ਼ੂਜ਼ 'ਤੇ ਤਾਂ ਆਪਾਂ ਕਿਤੇ ਨਹੀਂ ਕੁਛ ਨਹੀਂ ਕਰ ਸਕੇ ਸੋ ਮੈਨੂੰ ਮੈਂ ਜੇ ਪੂਰੀ ਯੂਨੋ ਸੱਚ ਆਪਣੇ ਦਿਲ 'ਚ ਜਿਹੜਾ ਮੈਨੂੰ ਸੱਚ ਦਿਸਦਾ ਮੈਂ ਉਹਦੇ ਬਾਰੇ ਜੇ ਗੱਲ ਕਰਾਂ ਆਲ ਸੇਪ ਜਿੱਥੇ ਆਪਣੀ ਕੈਨੇਡਾ ਦੇ ਵਿੱਚ ਬੜੀ ਤਰੱਕੀ ਹੋ ਰਹੀ ਸੀ ਇਸ ਵੇਲੇ ਆਪਾਂ ਪਿੱਛੇ ਨੂੰ ਜਾ ਰਹੇ ਹਾਂ ਬਿਕੋਜ਼ ਪਹਿਲਾਂ ਕੈਨੇਡਾ ਦੇ ਵਿੱਚ ਅਸੀਂ ਇੱਥੇ ਆ ਕੇ ਕਿਹਾ ਸੀ ਵੀ ਆਪਾਂ ਆਪਣੇ ਜਿਹੜੇ ਵਧੀਆ ਗੁਣ ਆ ਆਪਣੇ ਕਲਚਰ ਦੇ ਧਰਮ ਦੇ ਉਹਨਾਂ ਨੂੰ ਨਹੀਂ ਗਵਾਉਣਾ ਹੁਣ ਕੀ ਹੋ ਰਿਹਾ ਹੁਣ ਮੋਰ ਐਂਡ ਮੋਰ ਆਪਾਂ ਕੈਨੇਡਾ ਦੇ ਜਿਹੜੇ ਗੁਣ ਆ ਉਹਨਾਂ ਨੂੰ ਨਹੀਂ ਦੇਖਦੇ ਅਤੇ ਨਾ ਹੀ ਆਪਣੇ ਜਿਹੜੇ ਹਿਸਟਰੀ ਦੇ ਗੁਣ ਆ ਉਹਨਾਂ ਨੂੰ ਦੇਖਦੇ ਹਾਂ ਹੁਣ ਤਾਂ ਆਪਾਂ ਇੱਥੇ ਸਿਰਫ ਇੰਡੀਅਨ ਸੁਸਾਇਟੀ ਬਣਾਉਣਾ ਚਾਹੁੰਦੇ ਹਾਂ ਅਤੇ ਜਿੱਦਾਂ ਇੰਡੀਆ ਸੀ ਜਿੱਦਾਂ ਪੰਜਾਬ ਸੀ ਉਸ ਤਰ੍ਹਾਂ ਹੀ ਇੱਥੇ ਹੋਵੇ ਉਸੇ ਤਰ੍ਹਾਂ ਮਾਹੌਲ ਕਹਿ ਲਓ ਕਿ ਜਿਵੇਂ ਆਪਸ ਵਿੱਚ ਗੁਰਦੁਆਰਿਆਂ ਤੋਂ ਲੈ ਕੇ ਲੜੀ ਜਾਣਾ ਕਮੇਟੀਆਂ ਤੋਂ ਲੈ ਕੇ ਲੜੀ ਜਾਣਾ ਵੀ ਉਹ ਚੀਜ਼ਾਂ ਨਹੀਂ ਅਸੀਂ ਛੱਡਦੇ ਹੈਗੇ ਆਪਣਾ ਅਸਲੀ ਸੱਭਿਆਚਾਰ ਭਾਵੇਂ ਛੱਡਦੀ ਹੈ ਐਗਜੈਕਟਲੀ ਪਰ ਉਹ ਜਿਹੜਾ ਮਾੜੀਆਂ ਚੀਜ਼ਾਂ ਹੈਗੀਆਂ ਉਹਨਾਂ ਨੂੰ ਅਸੀਂ ਪੂਰਾ ਇਨਕਾਰਪੋਰੇਟ ਕੀਤਾ ਹੋਇਆ ਮੈਂ ਹੱਥ ਜੋੜ ਕੇ ਕਈ ਭਰਾਵਾਂ ਨੂੰ ਕਈ ਵਾਰੀ ਮੈਂ ਬੇਨਤੀ ਕੀਤੀ ਅੰਕਲਾਂ ਨੂੰ ਬਜ਼ੁਰਗਾਂ ਨੂੰ ਮੈਂ ਕਿਹਾ ਵੀ ਕੈਨੇਡਾ ਦੇ ਵਿੱਚ ਮਾਫ ਕਰਨਾ ਬਟ ਜਿਹੜੇ ਪਿੰਡ ਦਾ ਜਥੇਦਾਰ ਸਿਸਟਮ ਆ ਉਹ ਇੱਥੇ ਨਹੀਂ ਚੱਲ ਸਕਦਾ ਹੁਣ ਹਰੇਕ ਹੀ ਸੰਸਥਾ ਜਿਹੜੀ ਆ ਉਹਦੇ ਵਿੱਚ ਕੁਛ ਵਕੀਲ ਅਕਾਊਂਟੈਂਟਸ ਹੋਣ ਕੁਛ ਮੈਂਟਲ ਹੈਲਥ ਵਰਕਰਸ ਕੁਛ ਡਾਕਟਰਸ ਹੋਣ ਪਰ ਆਪਾਂ ਤਾਂ ਕੋਈ ਇਹ ਬ੍ਰਿਜ ਬਣਾ ਹੀ ਨਹੀਂ ਸਕੇ ਬਿਕੋਜ਼ ਐਨ ਇਸ ਚੀਜ਼ ਦਾ ਮੈਨੂੰ ਬਹੁਤ ਡਰ ਲੱਗਦਾ ਵੀ ਜਿਹੜੇ ਪੜ੍ਹ ਲਿਖ ਜਾਂਦੇ ਆ ਉਹ ਕਮਿਊਨਿਟੀ ਨੂੰ ਭੁੱਲ ਜਾਂਦੇ ਆ ਵੀ ਯਾਰ ਕੀ ਫਾਇਦਾ ਬਾਹਰ ਹੋ ਜਾਂਦੇ ਆ ਅਤੇ ਬਾਕੀ ਜਿਹੜੇ ਕਮਿਊਨਿਟੀ ਦੇ ਆ ਕਈ ਮੈਂਬਰਸ ਉਹ ਕਹਿ ਦਿੰਦੇ ਪਏ ਯਾਰ ਇਹਨਾਂ ਨੂੰ ਨਾ ਲਾ ਕੇ ਕੀ ਲੈਣਾ ਇਹਦਾ ਆਪਣੇ ਆਪ ਨੂੰ ਬਹੁਤ ਹੀ ਪੜ੍ਹੇ ਲਿਖੇ ਸਮਝਦੇ ਆ ਸੋ ਮੇਰਾ ਡਰ ਮੈਨੂੰ ਡਰ ਲੱਗਦਾ ਵੀ ਆਪਾਂ ਯਾਰ ਜੇ ਐਜ਼ ਮੈਂਬਰਸ ਆਫ ਦ ਕਮਿਊਨਿਟੀ ਜੇ ਆਪਾਂ ਇਕੱਠੇ ਬੈਠ ਕੇ ਸੋਸ਼ਲ ਇਸ਼ੂਜ਼ 'ਤੇ ਕੋਈ ਨਾ ਕੋਈ ਐਕਸ਼ਨ ਨਹੀਂ ਲੈ ਸਕਦੇ ਤਾਂ ਗਾਂਹ 8-10 ਸਾਲਾਂ ਨੂੰ 15-20 ਸਾਲਾਂ ਨੂੰ ਇੱਕ ਤਾਂ ਸੋਸ਼ਲ ਇਸ਼ੂਜ਼ ਦਾ ਮੈਨੂੰ ਬਹੁਤ ਡਰ ਲੱਗਦਾ ਡਰੱਗ ਅਬਿਊਸ ਐਲਕੋਹੋਲ ਅਬਿਊਸ
ਚਾਈਲਡ ਸੈਕਸ਼ੂਅਲ ਅਬਿਊਜ਼, ਡੋਮੈਸਟਿਕ ਵਾਇਲੈਂਸ, ਇਸ ਚੀਜ਼ਾਂ ਦਾ ਮੈਨੂੰ ਬਹੁਤ ਡਰ ਲੱਗਦਾ। ਨੰਬਰ ਦੋ, ਮੈਨੂੰ ਆਈਡੈਂਟੀਟੀ ਦਾ ਬੜਾ ਡਰ ਲੱਗਦਾ। ਬੱਚੇ ਗਾਂ ਕਿਹਾ ਕਰੂਗੇ ਵੀ ਸਾਡਾ ਬਾਬਾ ਪਰਦਾਦਾ ਸੀ ਜਿਹਨੇ ਕੁਝ ਪੱਗ ਬੰਨੀ ਸੀ, ਉਹਨਾਂ ਨੂੰ ਹੁਣ ਜੇ ਆਪ ਤੁਸੀਂ ਬੱਚਿਆਂ ਨੂੰ ਪੁੱਛ ਕੇ। ਹਾਂ, ਕਿਉਂਕਿ ਬੱਚਿਆਂ ਨੂੰ ਵੀ ਆਪਾਂ ਇਹੋ ਜਿਹੇ ਮਾਹੌਲ ਤਾਂ ਦੇ ਨਹੀਂ ਰਹੇ ਕਿ ਆਪਣੇ ਪਿਛਲੇ ਨੂੰ ਸਮਝਣ, ਜਿਹੜਾ ਸਾਡਾ ਅਸਲੀ ਸੱਭਿਆਚਾਰ ਸੀ ਜਾਂ ਸਿੱਖੀ ਸੱਭਿਆਚਾਰ ਸੀ ਉਹਨੂੰ ਸਮਝਣ ਵਾਸਤੇ ਤਾਂ ਆਪਾਂ ਬੱਚਿਆਂ ਨੂੰ ਪ੍ਰੈਕਟੀਕਲ ਉਦਾਹਰਣ ਕੋਈ ਪੇਸ਼ ਨਹੀਂ ਕਰਦੇ ਹੈਗੇ, ਅਤੇ ਉਹ ਫਿਰ ਸਿੱਖਣ ਤੋਂ ਵਾਂਝੇ ਰਹਿਣਗੇ ਨੈਚੁਰਲੀ, ਜਿਵੇਂ ਜਿਵੇਂ ਗੈਪ ਪੈਂਦਾ ਜਾਏਗਾ ਅਤੇ ਉਹ ਮੇਨ ਸਟ੍ਰੀਮ ਤੋਂ ਦੂਰ ਜਾਂਦੇ ਜਾਏ। ਐਬਸੋਲੂਟਲੀ, ਐਂਡ ਆਪਾਂ ਬੱਚਿਆਂ ਨੂੰ ਇਹ ਨਹੀਂ ਦੱਸ ਰਹੇ ਵੀ ਲੁੱਕ ਸਾਡੀ ਹਿਸਟਰੀ ਦੇ ਵਿੱਚ ਤਾਂ ਵੂਮੈਨਸ ਰਾਈਟਸ ਮੂਵਮੈਂਟਸ ਗੁਰੂ ਸਾਹਿਬ ਨੇ ਸ਼ੁਰੂ ਕੀਤੀਆਂ ਸੀ, ਇਕੁਆਲਿਟੀ ਦੀ ਮੂਵਮੈਂਟਸ ਗੁਰੂ ਸਾਹਿਬ ਨੇ ਸ਼ੁਰੂ ਕੀਤੀਆਂ, ਅੱਜ ਆਪੋਜ਼ਿਟ ਆਪਾਂ ਹੋ ਗਏ। ਆਪੋਜ਼ਿਟ, ਇੱਕ ਗੱਲ ਮੈਂ ਤੁਹਾਡੇ ਕੋਲ ਇੱਥੇ ਵਿਚਾਰ ਲੈਣਾ ਚਾਹਾਂਗਾ ਕਿ ਕੀ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਅਸੀਂ ਇਕੱਲੇ ਹੀ ਗੁਰਦੁਆਰਾ ਸਾਹਿਬ ਦੇ ਨਾਲ ਜੁੜ ਗਏ ਵੀ ਉੱਥੋਂ ਹੀ ਐਕਸਪੈਕਟ ਕਰਦੇ ਹਾਂ ਵੀ ਸਾਰਾ ਕੁਝ ਸਾਨੂੰ ਮਿਲ ਜਾਵੇ, ਸੱਭਿਆਚਾਰਕ ਤੌਰ 'ਤੇ ਵੀ, ਧਾਰਮਿਕ ਤੌਰ 'ਤੇ ਵੀ, ਅਤੇ ਉਹਦੇ ਤੋਂ ਇਲਾਵਾ ਅਸੀਂ ਕੋਈ ਹੋਰ ਕੁਛ ਇੱਦਾਂ ਦੀ ਐਕਟੀਵਿਟੀ ਜਾਂ ਵੱਡੇ ਲੈਵਲ 'ਤੇ ਕੋਈ ਔਰਗਨਾਈਜੇਸ਼ਨ ਜਿਵੇਂ ਨਹੀਂ ਬਣਾ ਪਾਉਂਦੇ, ਕੋਈ ਬੱਚਿਆਂ ਨੂੰ ਪਲੇਟਫਾਰਮ ਨਹੀਂ ਦੇ ਪਾਉਂਦੇ ਹੈਗੇ ਵੀ ਉਹ ਇੱਕ ਕਿਤੇ ਲੈਕਿੰਗ ਕਰਦੀ ਹੈਗੀ ਇਹ ਚੀਜ਼। ਬਹੁਤ ਜ਼ਿਆਦਾ ਲੈਕਿੰਗ ਆ, ਐਂਡ ਮੈਂ ਬਾਰ ਬਾਰ ਕਮਿਊਨਿਟੀ ਮੈਂਬਰਸ ਨੂੰ ਮੈਂ ਬਾਰ ਬਾਰ ਕਹੀ ਜਾਂਦਾ, ਹੁਣ ਕਈ ਸਾਲ ਹੋ ਗਏ ਆ, ਬਹੁਤ ਸਾਲ ਹੋ ਗਏ ਆ, ਮੈਂ ਸਾਨੂੰ ਕਹੀ ਜਾਂਦਾ ਵੀ ਹੁਣ ਬੈਠੇ ਹਾਂ ਤੁਸੀਂ ਕਰੋ ਇੱਦਾਂ ਦੇ। ਉੱਦਾਂ ਜੇ ਸੁਭਾਵਾਂ ਦੀ ਗੱਲ ਕਰੀਏ, ਮੇਰੇ ਖਿਆਲ ਕੈਲਗਰੀ ਜੀ 50-55 ਅਤੇ ਕੈਲਗਰੀ 'ਚ ਸੁਭਾਵਾਂ ਹੀ ਹੋਣੀਆਂ ਹੈਗੀਆਂ, ਪਰ ਉਹ ਆਪਣੇ ਆਪਣੇ ਲੈਵਲ 'ਤੇ ਉੱਧਰ ਧਿਆਨ ਨਹੀਂ, ਧਿਆਨ ਆਪਣਾ ਕਲੈਕਟਿਵਲੀ ਕੁਛ ਨਹੀਂ ਹੈਗਾ। ਐਂਡ ਸੋ ਇਸ ਚੀਜ਼ਾਂ ਦਾ, ਇਹ ਚੀਜ਼ਾਂ ਦਾ ਬਹੁਤ ਜ਼ਿਆਦਾ ਲੋੜ ਆ। ਐਂਡ ਸਗੋਂ ਜਿਹੜੇ ਬਾਕੀ ਸੁਸਾਇਟੀ ਦੇ ਔਰਗਨਾਈਜੇਸ਼ਨਸ ਆ, ਸੰਸਥਾ, ਉਹ ਕਹਿੰਦੀਆਂ ਵਾ ਵੀ ਸਾਡੇ ਨਾਲ ਤੁਸੀਂ ਆ ਕੇ ਜੁੜੋ, ਸਾਨੂੰ ਦੱਸੋ ਵੀ ਅਸੀਂ ਤੁਹਾਨੂੰ ਸਰਵਿਸਿਸ ਹੋਰ ਕਿੱਦਾਂ ਵਧੀਆ ਤਰੀਕੇ ਨਾਲ ਦੱਸ ਸਕਦੇ ਹਾਂ। ਸੋ ਆਹ ਕੁਛ 2 ਸਾਲ ਪਹਿਲਾਂ ਕੁਛ ਆਪਣੇ ਵੀਰ ਨੌਜਵਾਨ ਵੀਰ ਉਹਨਾਂ ਨੇ ਇੱਕ ਕੈਨੇਡੀਅਨ ਸਿੱਖ ਨੈਟਵਰਕ ਸ਼ੁਰੂ ਕੀਤੀ ਆ, ਉਹਦੇ ਬਾਰੇ ਤੁਸੀਂ ਕਦੀ ਕਰ ਲਿਓ ਵਿਚਾਰ। ਪਰ ਇਹ ਇਹਨਾਂ ਦਾ ਰੋਲ ਆ। ਮੈਂ ਫੋਰ ਐਗਜ਼ਾਮਪਲ, ਕਈ ਜਦੋਂ ਤੁਸੀਂ ਮੈਡੀਕਲ ਟੈਸਟ ਕਰਨ ਜਾਂਦੇ ਸੀ ਉੱਥੇ ਪੱਗ ਲਵਾਉਂਦੇ ਸੀ, ਐਂਡ ਸੋ ਉਹ ਇਹ ਮੁੰਡਿਆਂ ਨੇ ਉਹਨਾਂ ਨਾਲ ਜਾ ਕੇ ਗੱਲਬਾਤ ਕੀਤੀ ਵੀ ਪੱਗ ਕਿੱਥੇ ਲਾਉਣ ਦੀ ਜ਼ਰੂਰਤ ਆ, ਕਿੱਥੇ ਨਹੀਂ, ਕਲਚਰਲ ਅੰਡਰਸਟੈਂਡਿੰਗ ਦੀ ਗੱਲਬਾਤ ਕਰ ਰਹੇ ਆ। ਸੋ ਇੱਦਾਂ ਦੇ ਕੰਮ ਕਰਨ 'ਚ ਬਹੁਤ ਜ਼ਿਆਦਾ ਹੀ ਆਪਾਂ ਨੂੰ ਲੋੜ ਆ। ਐਂਡ ਨੋਟ ਜਸਟ ਪੰਜਾਬੀ ਕਮਿਊਨਿਟੀ ਬਟ ਹੋਰ ਵੀ ਬਹੁਤ ਕਮਿਊਨਿਟੀਜ਼, ਮੈਂ ਅੱਜ ਕੁਛ ਹੋਰ ਕਮਿਊਨਿਟੀਜ਼ ਨੂੰ ਮਿਲ ਕੇ ਆਇਆ, ਉਹਨਾਂ ਨਾਲ ਵੀ ਇਹ ਗੱਲ ਕੀਤੀ, ਮੈਂ ਕਿਹਾ ਤੁਸੀਂ ਔਰਗਨਾਈਜ਼ ਹੋ ਐਂਡ ਅਸੀਂ ਫਿਰ ਤੁਹਾਡੇ ਲਈ ਡੋਰਸ ਖੋਲ੍ਹ ਸਕਦੇ ਹਾਂ, ਤੁਸੀਂ ਸਰਕਾਰਾਂ ਨਾਲ ਬੈਠ ਕੇ ਅਤੇ ਤੁਸੀਂ ਆਪਣੇ ਕਲਚਰ ਬਾਰੇ ਉਹਨਾਂ ਨੂੰ ਦੱਸ ਸਕਦੇ ਹਾਂ, ਪਰ ਪਹਿਲਾਂ ਜੇ ਔਰਗਨਾਈਜ਼ ਹੀ ਨਹੀਂ ਤੁਸੀਂ ਹੋਣਾ ਤਾਂ ਫਿਰ ਬਹੁਤ ਔਖਾ। ਬਿਲਕੁਲ ਠੀਕ ਹੈ। ਪੁੱਲੋ ਸਾਹਿਬ, ਜਿਵੇਂ ਤੁਸੀਂ ਆਏ, ਆਪਣੇ ਬਚਪਨ ਬਾਰੇ, ਸਾਰੇ ਕੈਰੀਅਰ ਬਾਰੇ, ਹੋਰ ਕਮਿਊਨਿਟੀ ਦੇ ਮੁੱਦਿਆਂ ਦੇ ਬਾਰੇ ਗੱਲਬਾਤ ਕੀਤੀ, ਜਾਂਦੇ ਜਾਂਦੇ ਖਾਸ ਕਰਕੇ ਕੈਲਗਰੀ ਦੇ ਕੈਨੇਡਾ 'ਚ ਵੱਸਦੇ ਜਿਹੜੇ ਸਾਡੇ ਦਰਸ਼ਕ ਹਨ ਉਹਨਾਂ ਵਾਸਤੇ ਕੋਈ ਸੁਨੇਹਾ ਦੇਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਇਹ ਜਿਹੜੀ ਆਪਾਂ ਨੂੰ ਇਹ ਗਿਫਟ ਮਿਲਿਆ ਕੈਨੇਡਾ ਦੀ ਧਰਤੀ ਦਾ, ਇਹਨੂੰ ਕਦੀ ਨਾ ਭੁੱਲੋ, ਡੋਂਟ ਐਵਰ ਟੇਕ ਇਟ ਫੋਰ ਗ੍ਰਾਂਟਿਡ। ਇਹ ਕੈਨੇਡਾ ਨੇ ਜੋ ਕੁਛ ਦਿੱਤਾ ਆਪਾਂ ਨੂੰ ਸਾਰਿਆਂ ਨੂੰ, ਇਹ ਹੋਰ ਕੋਈ ਦੇਸ਼ ਨਹੀਂ ਦਿੰਦਾ। ਕੈਨੇਡਾ ਦੇ ਵਿੱਚ ਜਿਹੜਾ ਐਜੂਕੇਸ਼ਨ ਸਿਸਟਮ ਆ, ਜੇ ਬੱਚਾ ਜਾਂ ਬੱਚੀ ਆਪਣਾ ਮਨ ਲਾ ਕੇ ਪੜ੍ਹਨ ਪਬਲਿਕ ਐਜੂਕੇਸ਼ਨ ਸਿਸਟਮ ਦੇ ਵਿੱਚ, ਤਾਂ ਉਹਨਾਂ ਲਈ ਸਾਰੀਆਂ ਦੁਨੀਆ ਦੀਆਂ ਓਪਰਚੁਨਿਟੀਜ਼ ਉਹਨਾਂ ਦੇ ਕੋਲ ਆ। ਹੈਲਥ ਕੇਅਰ ਸਿਸਟਮ ਆਪਣੇ ਕੋਲ ਵਧੀਆ ਵਾ, ਰੱਬ ਨਾ ਕਰੇ ਜਦੋਂ ਲੋੜ ਪਈ ਉਹ ਸਿਸਟਮ ਉੱਥੇ ਹੀ ਆ। ਹੈਲਥ ਕੇਅਰ, ਐਜੂਕੇਸ਼ਨ, ਕ੍ਰਿਮੀਨਲ ਜਸਟਿਸ ਸਿਸਟਮ ਆਪਣੇ ਲਈ ਇੱਥੇ ਹੈ, ਵਧੀਆ ਕ੍ਰਾਈਮ ਰੇਟਸ ਲੋ ਆ, ਆਪਣੇ ਲਈ ਹੋਰ ਪ੍ਰੋਟੈਕਸ਼ਨਸ ਆ ਕਾਨੂੰਨ ਮੁਤਾਬਕ, ਵੀ ਆਪਣੇ ਜਿਹੜੇ ਬਿਲੀਫਸ ਆ ਉਹਨਾਂ ਨੂੰ ਹਮੇਸ਼ਾ ਆਪਾਂ ਪੈਦਾ ਰੱਖ ਸਕੀਏ। ਬਟ ਕੈਨੇਡਾ ਦੇ ਵਿੱਚ ਬੈਲੈਂਸ ਆ, ਵੀ ਇੱਥੇ ਜਿਹੜੇ ਤੁਹਾਡੇ ਇੰਡੀਵਿਜੁਅਲ ਰਾਈਟ ਆ ਉਹ ਸਾਰਿਆਂ ਨਾਲ ਬੈਲੈਂਸ ਹੋਣੇ ਚਾਹੀਦੇ, ਆਪਣੇ ਦੇ ਵੀ ਰੱਖਣੇ ਨੇ ਕਿ ਦੂਸਰਿਆਂ ਦਾ ਵੀ ਰਿਸਪੈਕਟ ਕਰਨੀ ਹੈ। ਐਗਜੈਕਟਲੀ, ਐਗਜੈਕਟਲੀ। ਸੋ ਕੈਨੇਡਾ ਨੇ ਆਪਾਂ ਨੂੰ ਬਹੁਤ ਕੁਛ ਦਿੱਤਾ। ਸੋ ਸਭ ਤੋਂ ਪਹਿਲਾਂ ਤਾਂ ਮੇਰਾ ਇਹ ਸੁਨੇਹਾ ਵਾ ਵੀ ਆਪਾਂ ਜਿਹੜੇ ਆਪਣੇ ਫੋਰ ਫਾਦਰਸ ਆ ਜਿਹੜੇ ਪਹਿਲਾਂ ਆਏ ਆ ਕੈਨੇਡਾ ਵਿੱਚ, ਉਹਨਾਂ ਦਾ ਥੋੜ੍ਹਾ ਜਿਹਾ ਸਟੱਡੀ ਕਰੀਏ। ਇਸ ਸਾਲ 100 ਸਾਲ ਹੋ ਜਾਣੇ ਆ ਕਾਮਾਗਾਟਾ ਮਾਰੂ ਜਿਹੜੀ ਆਪਣੀ ਸ਼ਿਪ ਸੀ, 100 ਸਾਲ ਦੀ ਐਨੀਵਰਸਰੀ ਆ। ਐਂਡ ਇਸ ਵੇਲੇ ਹੁਣ ਜਿਹੜਾ ਜਿਹੜਾ ਆਰਮੀ ਦੇ ਰੈਜੀਮੈਂਟ ਜਿਨ੍ਹਾਂ ਨੇ ਮੋੜਿਆ ਸੀ ਉਸ ਸ਼ਿਪ ਨੂੰ, ਇਸ ਵੇਲੇ ਉਹ ਰੈਜੀਮੈਂਟ ਦਾ ਕਮਾਂਡਰ ਵੀ ਆਪਣਾ ਸਰਦਾਰ ਆ।
ਠੀਕ ਹੈ ਸੋ 100 ਸਾਲਾਂ ਬਾਅਦ ਇੰਨੇ ਚੇਂਜਸ ਆ ਗਏ ਇੰਨੇ ਚੇਂਜਸ ਆ ਗਏ ਆ ਸੋ ਇਹ ਹੋਰ ਪਰ ਉਹ ਬਾਬਿਆਂ ਨੂੰ ਵੀ ਨਾ ਭੁੱਲੀਏ ਜਾਂ ਜਿਹੜੇ ਐਗਜੈਕਟਲੀ 25-30 ਸਾਲ ਪਹਿਲਾਂ ਵੀ ਆਏ ਹੈਗੇ ਨੇ ਉਹਨਾਂ ਨੂੰ ਵੀ ਨਾ ਭੁੱਲੀਏ ਉਹਨਾਂ ਦਾ ਯੋਗਦਾਨ ਵੀ ਯਾਦ ਰੱਖੀਏ ਔਰ ਜਿਵੇਂ ਅਸੀਂ ਉਹਨਾਂ ਦੇ ਮਿਹਨਤ ਕੀਤੀ ਹੋਈ ਨੂੰ ਅੱਜ ਮੰਨ ਰਹੇ ਹੈਗੇ ਆ ਤੇ ਅਸੀਂ ਵੀ ਕੁਝ ਚੰਗਾ ਛੱਡ ਕੇ ਜਾਈਏ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਐਬਸੋਲੂਟਲੀ ਸੋ ਆਪਣੇ ਖਾਸ ਕਰਕੇ ਜਿਹੜੇ ਨਵੇਂ ਵੀਰ ਭੈਣ ਆਉਂਦੇ ਆ ਕੈਨੇਡਾ ਨੂੰ ਮੈਨੂੰ ਪਤਾ ਕਈ ਵਾਰੀ ਬੜਾ ਔਖਾ ਲੱਗਦਾ ਪਰ ਤੁਸੀਂ ਇਸ ਚੀਜ਼ ਦਾ ਯਕੀਨ ਨਾਲ ਤੁਸੀਂ ਰਹਿ ਸਕਦੇ ਹਾਂ ਵੀ ਅੱਜ ਕੈਨੇਡਾ ਤੁਹਾਡੇ ਲਈ ਅੱਗੇ ਨਾਲੋਂ ਬਹੁਤ ਹੀ ਵਧੀਆ ਵਾ ਇਸ ਕੰਟਰੀ ਨੇ ਬੇਅੰਤ ਓਪਰਚੁਨਿਟੀਜ਼ ਦਿੱਤੀਆਂ ਵਾ ਐਂਡ ਤੁਸੀਂ ਮੈਂ ਤੁਹਾਨੂੰ ਇਹ ਇਹ ਐਡਵਾਈਸ ਦਊਂਗਾ ਵੀ ਕੈਨੇਡਾ ਦੇ ਵਿੱਚ ਆ ਕੇ ਕੰਮ ਕਰਨਾ ਬਹੁਤ ਜ਼ਰੂਰੀ ਆ ਪਰ ਲੈਂਗੁਏਜ ਥੋੜ੍ਹੀ ਜਿਹੀ ਆਪਾਂ ਜੇ ਸਿੱਖ ਲਈਏ ਤਾਂ ਬਹੁਤ ਓਪਰਚੁਨਿਟੀਜ਼ ਖੁੱਲ੍ਹ ਜਾਂਦੀਆਂ ਐਂਡ ਨੈਕਸਟ ਥਿੰਗ ਇਜ਼ ਵੀ ਆਪਾਂ ਐਜ਼ ਅ ਪੀਪਲ ਜਿਹੜੇ ਖਾਸ ਇਸ਼ੂਜ਼ ਆ ਜ਼ਰੂਰੀ ਇਸ਼ੂਜ਼ ਆ ਉਹਨਾਂ ਨੂੰ ਨਾ ਭੁੱਲੀਏ ਆਈ ਨੋ ਵੀ ਪੋਲੀਟੀਸ਼ੀਅਨਸ ਦਾ ਤਾਂ ਰੋਲ ਹੁੰਦਾ ਵਾ ਵੀ ਆ ਕੇ ਯੂ ਨੋ ਖੁੱਲ੍ਹੀਆਂ ਡੁੱਲੀਆਂ ਗੱਲਾਂ ਕਰਕੇ ਗਾਂਹ ਜਾਓ ਬਟ ਆਲ ਟੈਲ ਯੂ ਜਿਹੜੇ ਖਾਸ ਇਸ਼ੂਜ਼ ਆ ਅਬਿਊਸ ਦੇ ਖਾਸ ਕਰਕੇ ਇਹ ਦੀ ਵਿਚਾਰ ਇਹਨਾਂ ਦੇ ਵਿਚਾਰ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਅਬਿਊਸ ਪ੍ਰੀਵੈਂਟ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਡੋਮੈਸਟਿਕ ਵਾਇਲੈਂਸ ਜਿਹਦੀ ਘਰਾਂ ਦੇ ਵਿੱਚ ਕੁੱਟਮਾਰ ਹੁੰਦੀ ਆ ਖਾਸ ਕਰਕੇ ਜਦੋਂ ਹਸਬੈਂਡ ਕੋਈ ਆਪਣੀ ਵਾਈਫ ਨਾਲ ਕੁੱਟਮਾਰ ਕਰਦਾ ਅਤੇ ਚਾਇਲਡ ਸੈਕਸ਼ੂਅਲ ਅਬਿਊਸ ਜਦੋਂ ਛੋਟੇ ਬੱਚਿਆਂ ਨਾਲ ਕੋਈ ਗਲਤ ਟੱਚਿੰਗ ਕਰਦੇ ਆ ਇਹ ਬਹੁਤ ਵੱਡੀਆਂ ਪ੍ਰੋਬਲਮਸ ਆ ਛੋਟੀਆਂ ਨਹੀਂ ਇਹਦੇ ਵੱਲ ਧਿਆਨ ਕਰਨਾ ਜ਼ਰੂਰੀ ਆ ਔਰ ਬਹੁਤ ਜ਼ਿਆਦਾ ਜ਼ਰੂਰੀ ਆ ਇਹ ਜੇ ਮੈਂ ਹੁਣ ਕਹਿ ਸਕਦਾ ਫਿਰ ਕੁਛ ਚੀਜ਼ਾਂ ਦਾ ਗਾਂ ਦੀ ਫਿਊਚਰ ਲਈ ਡਰ ਲੱਗਦਾ ਅਤੇ ਇਸ ਇਹ ਇਸ਼ੂਜ਼ ਆ ਪਰ ਇਹਨਾਂ ਨੂੰ ਆਪਾਂ ਬਦਲ ਸਕਦੇ ਹਾਂ ਅਤੇ ਜਿਹੜੇ ਵਿਕਟਮਸ ਆ ਉਹਨਾਂ ਨੂੰ ਸਪੋਰਟ ਦੇ ਸਕਦੇ ਹਾਂ ਸੋ ਇੱਧਰ ਸੋਸ਼ਲ ਇਸ਼ੂਜ਼ ਨੂੰ ਨਾ ਆਪਾਂ ਭੁੱਲੀਏ ਐਂਡ ਯੂ ਨੋ ਮੈਨੂੰ ਅਫਸੋਸ ਦੀ ਗੱਲ ਆ ਵੀ ਸਿਰਫ ਪੋਲੀਟੀਸ਼ੀਅਨਸ ਇਹਦੇ ਬਾਰੇ ਗੱਲ ਕਰ ਰਹੇ ਆ ਐਂਡ ਯੂ ਨੋ ਮੈਂ ਕਈਆਂ ਨੂੰ ਕਿਹਾ ਵੀ ਇੱਦਾਂ ਦੇ ਇਸ਼ੂਜ਼ ਨੂੰ ਚੱਕੋ ਔਰ ਮੈਂ ਉਹੀ ਜਿਵੇਂ ਗੱਲ ਕੀਤੀ ਹੈ ਨਾ ਵੀ ਸਭਾ ਸੁਸਾਇਟੀਆਂ ਵੀ ਇੰਨੀਆਂ ਜ਼ਿਆਦੀਆਂ ਹੈਗੀਆਂ ਕਿਸੇ ਵੀ ਪਲੇਟਫਾਰਮ 'ਤੇ ਹੌਲੀ ਹੌਲੀ ਗੱਲ ਤੋਰੀ ਜਾ ਸਕਦੀ ਹੈ ਪਰ ਉਹਦਾ ਖਿਆਲ ਹੀ ਨਹੀਂ ਹੈ ਉਹਨਾਂ ਦਾ ਹੌਲੀ ਹੌਲੀ ਗੱਲ ਬਣੂਗੀ ਉਹ ਵੀ ਹੌਲੀ ਹੌਲੀ ਯੂ ਨੋ ਇੱਦਾਂ ਦੇ ਟਫ ਇਸ਼ੂਜ਼ 'ਤੇ ਲੋਕ ਵਿਚਾਰ ਕਰਨਾ ਕਈ ਵਾਰੀ ਨਹੀਂ ਸੌਖਾ ਮੰਨਦੇ ਦੈਟਸ ਫਾਈਨ ਹੌਲੀ ਹੌਲੀ ਅਸੀਂ ਤਾਂ ਗੱਲ ਕਰੀ ਜਾਣੀ ਆ ਐਂਡ ਬਾਕੀ ਵੀ ਹੌਲੀ ਹੌਲੀ ਨਾਲ ਮੈਨੂੰ ਲੱਗਦਾ ਜੁੜਦੇ ਪੁੱਲੂ ਸਾਹਿਬ ਤੁਸੀਂ ਸਾਡੇ ਸਟੂਡੀਓ 'ਚ ਆਏ ਹੋ ਦਰਸ਼ਕਾਂ ਦੇ ਨਾਲ ਸਾਰੀ ਆਪਣੀ ਜਾਣਕਾਰੀ ਸਾਂਝੀ ਕੀਤੀ ਤੁਸੀਂ ਆਪਣੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢਿਆ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਤੇ ਆਪਣੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਧੰਨਵਾਦ ਜਿਹੜਾ ਤੁਸੀਂ ਸਾਨੂੰ ਇੰਨਾ ਪਿਆਰ ਬਖਸ਼ਦੇ ਹਾਂ ਥੈਂਕ ਯੂ ਵੈਰੀ ਮਚ ਸਤਿ ਸ਼੍ਰੀ ਅਕਾਲ ਜੀ